सत श्री अकाल जी, तुसीं देख रहे हो जोरदार टाइम्स ते मैं तुहाडा अपना दीप जगदीप सिंह। अज एक खास विषय ते मैं गल करन लई तुहाडे रूबरू होया। यह विषय अजकल काफ़ी चर्चा दे विच है, पंजाब दे भाषा विभाग वल्लों दित्ते जांदे श्रोमणी साहित्यकार अवार्ड्स दे नाल जुड़िया होया है, जिहड़ा पिछले कुछ सालों तो जिहदे उत्ते अदालत वल्लों जिहड़ी है रोक लगी हुई सी, ते ए रोक लगवाउण दे विच जां जिहड़ा जिन्हों जो मेरे नाल मेहमान बैठे ने साहित्यक गदर कहिंदे ने, वैसे अजक सनी देओल की फिल्म गदर काफ़ी चर्चा च है, पर पिछले कुछ सालों तो जिहड़ा साहित्यक गदर नू नंगा करन दा बीड़ा चुक्या होया मित्र सैन मीत जी अज साडे नाल ने, ये जिहड़े साहित्यक गदर की गल करते हैं वह भी पिछले दो सालों तो तीन सालों तो काफ़ी चर्चा दे विच है। मीत जी पहला तो बहुत बहुत स्वागत है तुहाडा। धन्यवाद। ते आ मैं देख रहा सी श्रोमणी पुरस्कार ते साहित्यक सियासत इहदे उत्ते तुसी लिखिया है साहित्यक गदर लहर, ते पहला ते यही दसो भी तुसी इहनू गदर दा नां क्यों दिता? ये कल्ली जिहड़े श्रोमणी पुरस्कार है जी, कल्ला सी इहदे लई जिहड़ा इहनू गदर दा रूप नहीं दिता। गदर दा मतलब हुंदा हलचल पैदा करनी जी, ठीक है। जिहड़े पुरस्कार दित्ते जांदे ने और पूरे पक्षपाती ढंग नाल कुछ 10-12 बंदे है ਪੰਜਾਬੀ ਸਾਹਿਤ ਤੇ ਛਾਏ ਹੋਏ ਜੀ, ਉਹ ਦਿੰਦੇ ਨੇ ਆਪਣਿਆਂ ਨੂੰ ਦਿੰਦੇ ਨੇ ਜੀ, ਤੇ ਉਹਨਾਂ ਦਾ ਜਿਹੜਾ ਨੰਗਾ ਕਰਨ ਦਾ ਜਿਹੜਾ ਬੀੜਾ ਉਹ ਇੱਕ ਗਦਰ ਵਾਂਗ ਇੱਕ ਮੂਵਮੈਂਟ ਲਹਿਰ ਅਸੀਂ ਚਲਾਈ ਹੋਈ ਹੈ ਜੀ। ਪੰਜਾਬੀ ਕਲਾ ਪੰਜਾਬ ਕਲਾ ਪਰਿਸ਼ਦ ਹੈ, ਉਹਦੇ ਵਿੱਚ 1 ਕਰੋੜ ਰੁਪਈਆ ਪੰਜਾਬ ਸਰਕਾਰ ਦਿੰਦੀ ਹੈ ਪੰਜਾਬੀ ਭਾਸ਼ਾ ਸਾਹਿਤ, ਉਹਦੇ ਵਿੱਚ ਕਪੜੇ ਹੋ ਰਹੇ ਨੇ, ਉਹ ਅਸੀਂ ਗਦਰ ਲਹਿਰ ਦਾ ਦੂਜਾ ਹਿੱਸੇ ਦੇ ਤੌਰ 'ਤੇ ਉਠਾਏ ਹੋਏ ਆ। ਠੀਕ, ਬਹੁਤ ਸਾਰੇ ਪੱਖ ਨੇ ਜਿਹੜੇ ਅਸੀਂ ਗਦਰ ਦੇ ਲਹਿਰ ਦੇ ਨਾਂ ਦੇ ਥੱਲੇ ਪੰਜਾਬੀ ਸਾਹਿਤ ਜੋ ਹੇਰਾ ਫੇਰੀਆਂ ਹੋ ਰਹੀਆਂ ਉਹਨੂੰ ਨੰਗਾ ਕਰਦੇ ਹਾਂ, ਇਸ ਲਈ ਇਹਨੂੰ ਵੀ ਜਿਹੜੀ ਪੁਸਤਕ ਹੈ ਜੀ ਉਹ ਵੀ ਇੱਕ ਗਦਰ ਲਹਿਰ ਦਾ ਇੱਕ ਹਿੱਸੇ ਦੇ ਤੌਰ 'ਤੇ ਅਸੀਂ ਇਹਨੂੰ ਛਾਪਿਆ ਜੀ। ਦੇਖੋ ਸਾਰੇ ਜਾਣਦੇ ਹੀ ਆ ਵੀ ਤੁਹਾਡਾ ਜਿਹੜਾ ਪੇਸ਼ਾ ਉਹ ਵਕਾਲਤ ਦੇ ਨਾਲ ਕਾਨੂੰਨ ਦੇ ਨਾਲ ਜੁੜਿਆ ਹੋਇਆ, ਸੋ ਤੁਸੀਂ ਜਿਹੜੀ ਕਾਨੂੰਨੀ ਨੁਕਤੇ ਹੈ ਜਾਂ ਕਾਨੂੰਨੀ ਘੁੰਡੀਆਂ ਹੈ ਉਹਨਾਂ ਨੂੰ ਤੁਸੀਂ ਬਖੂਬੀ ਜਾਣਦੇ ਹੋ, ਔਰ ਜੇ ਸਾਹਿਤ ਦੇ ਪੱਖੋਂ ਗੱਲ ਕਰੀਏ ਤਾਂ ਜਿਹੜਾ ਤੁਹਾਡਾ ਸਾਹਿਤ ਹੈ, ਤੁਹਾਡਾ ਸਾਹਿਤ ਦਾ ਸਮੁੱਚਾ ਸੰਸਾਰ ਹੈ, ਉਹਦੀਆਂ ਚਾਹੇ ਕਹਾਣੀਆਂ ਸਾਡੀ ਰੋਜ਼ਮਰਰਾ ਦੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ, ਪਰ ਉਹਨਾਂ ਦਾ ਵੀ ਮੁੱਢਲਾ ਨੁਕਤਾ ਨਿਗਾਹ ਜਿਹੜਾ ਕਾਨੂੰਨੀ ਨਜ਼ਰੀਏ ਤੋਂ ਹੈ, ਅਤੇ ਉਹ ਤੁਹਾਡੀਆਂ ਨਾਵਲਾਂ ਦੇ ਨਾਮ ਵੀ ਉਹਦੇ ਜ਼ਰੀਏ ਪਤਾ ਚੱਲਦਾ ਹੀ ਹੈਗੇ ਆ। ਸੋ ਮੇਰਾ ਜਿਹੜਾ ਸਵਾਲ ਹੈ, ਆਪਾਂ ਇੱਧਰ ਉੱਧਰ ਦੀਆਂ ਗੱਲਾਂ ਬਹੁਤੀਆਂ ਨਹੀਂ ਕਰਾਂਗੇ, ਸਿੱਧਾ ਮੇਰਾ ਸਵਾਲ ਹੈਗਾ ਕਿ ਜਿਹੜਾ ਤੁਸੀਂ ਇਹ ਇੱਕ ਕੇਸ ਕੀਤਾ ਸੀ, ਸਿਵਲ ਕੇਸ ਤੁਸੀਂ ਲੁਧਿਆਣੇ ਦੀ ਅਦਾਲਤ ਦੇ ਵਿੱਚ ਕੀਤਾ ਸੀ, ਉਹਦੇ ਵਿੱਚ ਰੀਸੈਂਟਲੀ ਇੱਕ ਜਿਹੜਾ ਫੈਸਲਾ ਕੋਰਟ ਦਾ ਆਇਆ ਹੈਗਾ ਆ, ਉਹਦੀ ਪਿੱਠ ਭੂਮੀ ਦੀ ਸੰਖੇਪ 'ਚ ਗੱਲ ਕਰਦੇ ਹੋਏ, ਅਤੇ ਅੱਜ ਉਹ ਕੇਸ ਕਿੱਥੇ ਖੜ੍ਹਾ ਆ, ਉਹ ਫੈਸਲਾ ਕੀ ਆ, ਅਤੇ ਉਹਦੇ ਨਾਲ ਕੀ ਇਸ ਕੇਸ 'ਤੇ ਅਸਰ ਪਏਗਾ, ਉਹ ਥੋੜ੍ਹਾ ਜਿਹਾ ਇੱਕ ਵਾਰ ਦਰਸ਼ਕਾਂ ਦੀ ਜਾਣਕਾਰੀ ਲਈ ਕਲੀਅਰ ਕਰ ਦਿਓ। ਪਹਿਲਾਂ ਥੋੜ੍ਹੇ ਜਿਹੀ ਪਿੱਠ ਭੂਮੀ 'ਚ ਲੈ ਜਾਈਏ ਜੀ, ਇਹ ਜਿਹੜੇ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ ਹੈ ਇਹ ਪੰਜਾਬ ਸਰਕਾਰ ਦਿੰਦੀ ਹੈ, ਭਾਸ਼ਾ ਵਿਭਾਗ ਰਾਹੀਂ ਦਿੰਦੀ ਹੈ। ਇਹਦਾ ਜਿਹੜਾ ਦੋ ਤਰ੍ਹਾਂ ਦੇ ਇਹ ਪੁਰਸਕਾਰ ਹੈ, ਇੱਕ ਪੰਜਾਬੀ ਸਾਹਿਤ ਰਤਨ ਹੈ ਜਿਹੜਾ 1 ਸਾਲ 'ਚ ਇੱਕ ਵਿਅਕਤੀ ਨੂੰ ਦਿੱਤਾ ਜਾਂਦਾ, ਉਹ 10 ਲੱਖ ਰੁਪਏ ਦਾ, ਬਾਕੀ ਜਿਹੜੇ ਪੁਰਸਕਾਰ ਨੇ ਉਹ 5 ਲੱਖ ਰੁਪਏ ਦੇ ਆ। ਪਿਛਲੇ 6 ਸਾਲਾਂ ਤੋਂ ਪੰਜਾਬ ਸਰਕਾਰ ਨੇ ਇਹ ਰੋਕੇ ਹੋਏ ਸੀ, ਹੁਣ ਜਦੋਂ ਨਵਾਂ ਇਲੈਕਸ਼ਨ ਆਉਣ ਲੱਗਿਆ ਉਦੋਂ ਇਹਨਾਂ ਨੇ ਇੱਕ ਸਲਾਹਕਾਰ ਬੋਰਡ ਬਣਾ ਕੇ 6 ਸਾਲਾਂ ਦੇ 108 ਪੁਰਸਕਾਰ ਬਣਦੇ ਸੀ ਉਹਦਾ ਫੈਸਲਾ ਕੀਤਾ, ਔਰ ਉਹ ਇੰਨਾ ਪੱਖਪਾਤੀ ਫੈਸਲਾ ਸੀ ਵੀ ਉਹ ਸਾਨੂੰ ਬੜਾ ਚੁਭਿਆ। ਅਸੀਂ ਚੁਭਣ ਕਰਕੇ ਅਸੀਂ RTI ਦੇ ਵਿੱਚ ਪੂਰੀ ਸੂਚਨਾ ਭਾਸ਼ਾ ਵਿਭਾਗ ਤੋਂ ਲਈ, ਉਹਨਾਂ ਤੋਂ ਇਕੱਲੀ ਇਕੱਲੀ ਗੱਲ ਲੈ ਕੇ ਫਿਰ ਅਸੀਂ ਪਹਿਲਾਂ ਮੈਂ ਲੇਖ ਵੀ ਲਿਖੇ, ਫਿਰ ਜੋ ਲੱਗਿਆ ਵੀ ਲੇਖਾਂ ਨਾਲ ਕੋਈ ਫਰਕ ਨਹੀਂ ਪੈਂਦਾ, ਇਹ ਜਿਹੜੇ ਲੋਕ ਨੇ ਇੰਨੇ ਢੀਠ ਨੇ ਵੀ ਇਹ ਬਸ਼ਰਮ ਨੇ, ਮੈਂ ਕਹਾਂ ਵੀ ਇਹ ਕੋਈ ਪਰਵਾਹ ਨਹੀਂ ਕਰਦੇ, ਤਾਂ ਫਿਰ ਅਸੀਂ ਸਾਡੀ ਟੀਮ ਹੈ ਜਿਹੜੀ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਇੱਕ ਸੰਸਥਾ ਅੰਤਰਰਾਸ਼ਟਰੀ, ਉਹਦੀ ਜਿਹੜੀ ਟੀਮ ਸੀ ਉਹਨਾਂ ਨੇ ਫੈਸਲਾ ਕੀਤਾ ਵੀ ਆਪਾਂ ਹੁਣ ਇਹਨਾਂ 'ਤੇ ਦੀਵਾਨੀ ਕੇਸ ਕਰੀਏ ਤਾਂ ਪੁਰਸਕਾਰ ਆ ਜਿਹੜੇ ਰੁਕਣਗੇ, ਤਾਂ ਅਸੀਂ ਜੁਲਾਈ ਦੇ ਵਿੱਚ ਇੱਥੋਂ ਦੀ ਇੱਕ ਦੀਵਾਨੀ ਦਾ ਜੁਲਾਈ 2021 'ਚ ਜੀ, ਕਿਉਂਕਿ 20 'ਚ ਅਨਾਊਂਸ ਹੋਏ ਸੀ ਜੀ, 6 ਮਹੀਨੇ ਸਾਨੂੰ ਆ ਸੂਚਨਾਵਾਂ ਲੈਣ ਲੱਗ ਗਏ, 21 ਦੇ ਵਿੱਚ ਜੁਲਾਈ 'ਚ ਅਸੀਂ ਕੇਸ ਕੀਤਾ ਅਤੇ ਮੁੱਢਲੀ ਅਦਾਲਤ ਨੇ ਸਿਵਲ ਦੀ ਅਦਾਲਤ ਸੀ ਜਿਹੜੀ, ਉਸ ਨੇ ਸਾਡੇ ਸਾਰੀਆਂ ਤਰਕ ਸੁਣ ਕੇ ਪੰਜਾਬ ਸਰਕਾਰ ਨੂੰ ਹਿਦਾਇਤ ਕੀਤੀ ਵੀ ਜਿੰਨਾ ਚਿਰ ਕੇਸ ਦਾ ਫੈਸਲਾ ਨਹੀਂ ਹੁੰਦਾ ਤੁਸੀਂ ਇਹ ਪੁਰਸਕਾਰ ਹਾਲੇ ਨਹੀਂ ਵੰਡਣੇ। ਉਹ ਰੋਕ ਲੱਗੀ ਸੀ 19 ਜੁਲਾਈ ਨੂੰ, 21 ਨੂੰ ਉਹ ਚੱਲ ਰਹੀ ਸੀ ਅਦਾਲਤੀ ਕਾਰਵਾਈ, ਜਿਵੇਂ
धीमी धीमी चलती है तो हुण पंजाब सरकार दे उत्ते पूरा दबाव जिहड़े पुरस्कार लैण वाले है जिहड़े पुरस्कार देण वाले है उन्होंने बनाया होया सीगा। मुख्यमंत्री का बयान आया उत्थों सानूं पता लगता है जिहड़े भाषा मंत्री ने उन्होंने बयान आए भी असीं जल्दी ये जिहड़ियां अड़चनां ने दूर करके पुरस्कार देवांगे। ये साढ़े ते भी दबाव ने भी तुसीं वापस लै लो केस, पर असीं कहा भी सानूं इंसाफ चाहिए, सानूं कोई होर नहीं है, साडा किसी नाल गिला नहीं है, असीं सब दा सत्कार करदे हां। आ जिहड़ी पुस्तक है इहदे ते मैं पहलां ही लिखिआ वी असीं हर साहित्यकार दा सत्कार करदे हां, वड्डा समझदे हां, साडा किसी साहित्यकार नाल कोई लगाव नहीं है, सब वड्डे आ, सब पुरस्कार दे हकदार आ। असीं तां कानूनी कारवाई दी गल जिहड़ी कीती होई है वी कोई कानून ही नहीं, साडे जिहड़े ऑब्जेक्शन है, साडे जिहड़े इतराज़ है, वो जिहड़े चोण करदे आ उहनां नाल साडे गेले छिकवे आ वी उह पूरियां धज्जियां उड़ा के जिहड़े हैगे आ शिष्टाचार दीआं, कानून तां है नहीं, कोई बणाया नहीं, शिष्टाचार आ जिहड़ा साडा जां लॉ ऑफ नेचर है, नेचुरल लॉ जिहनूं कहिंदे आ, उहदीआं धज्जियां उड़ा के अहीं बहि के जिहड़े है पुरस्कार ਵੰਡ ਦਿੰਦੇ ਆ, ਤਿੰਨ ਤੇਰੇ ਦੋ ਇਹਦੇ ਪੰਜ ਉਹਦੇ, ਇੱਦਾਂ ਦੇ ਪੁਰਸਕਾਰ ਜਿਹੜੇ ਵੰਡੇ ਸੀ ਅਸੀਂ ਅਦਾਲਤ 'ਚ ਇਹ ਤੇ ਅਦਾਲਤ ਨੇ ਉਹਦੇ ਉੱਤੇ ਰੋਕ ਲਾਤੀ ਸੀ ਤੇ ਹੁਣ ਕੀ ਸਟੇਟਸ ਹੁਣ ਉਹ ਜਿਹੜਾ ਸੀ ਚੱਲਦਾ ਚੱਲਦਾ ਕੇਸ ਇਹ ਆਇਆ ਵੀ ਇਹਦਾ ਦੱਸੋ ਜੀ ਪੰਜਾਬ ਸਰਕਾਰ ਨੇ ਦਬਾਅ ਬਣਾਇਆ ਸਰਕਾਰੀ ਵਕੀਲਾਂ ਤੇ ਜਦੋਂ ਪਿਛਲੀ ਡੇਟ ਤੇ ਜੁਲਾਈ ਦੀ ਅਖੀਰਲੀ ਕੋਈ ਡੇਟ ਸੀ ਉਹਦੇ ਵਿੱਚ ਘੱਟੋ ਘੱਟ 15-20 ਸਰਕਾਰੀ ਵਕੀਲ ਲੁਧਿਆਣੇ ਦੇ ਆਏ ਕਚਹਿਰੀ 'ਚ ਵੀ ਇਹ ਜਿਹੜਾ ਕੇਸ ਹੈ ਇਹ ਜਲਦੀ ਫੈਸਲਾ ਕਰੋ, ਸਾਡੇ 'ਤੇ ਦਬਾਅ ਹੈ। ਉਹ ਅਦਾਲਤ ਦੇ ਉੱਤੇ ਉਹਨਾਂ ਨੇ ਇਹ ਪਾਇਆ ਵੀ ਇਹਦਾ ਫੈਸਲਾ ਜਲਦੀ ਕਰੋ, ਤਾਂ ਕੋਰਟ ਨੇ ਲਗਾਤਾਰ 4 ਪੇਸ਼ੀਆਂ ਪਾ ਕੇ ਇਹ ਜਿਹੜਾ ਸੀਗਾ ਕਾਨੂੰਨੀ ਜਿਹੜੇ ਨੁਕਤੇ ਲੈ ਕੇ ਜਿਹੜੇ ਮੁੱਦੇ ਅਸੀਂ ਉਠਾਏ ਹੋਏ ਹੈ ਕੇਸ ਦੇ ਵਿੱਚ ਉਹਦੇ 'ਤੇ ਕੋਈ ਗੱਲ ਨਹੀਂ ਕੀਤੀ, ਕਾਨੂੰਨੀ ਨੁਕਤੇ ਲੈ ਕੇ ਕੁਝ ਨੁਕਤੇ ਉਹ ਜਿਹੜੇ ਬਹਿਸ 'ਚ ਆਏ ਉਹ ਪਤਾ ਹਲੇ ਫੈਸਲਾ ਤਾਂ ਮੈਨੂੰ ਮਿਲਿਆ ਨਹੀਂ, ਉਹਨਾਂ ਦੇ ਉੱਤੇ ਕੇਸ ਸੀ ਜਿਹੜਾ ਇਹ ਕਰਤਾ ਵੀ ਇਹ ਕੇਸ ਇੱਥੇ ਨਹੀਂ ਜਿਵੇਂ ਪਟਿਆਲੇ ਚੱਲਣਾ ਚਾਹੀਦਾ ਇੱਦਾਂ ਦੇ ਗੱਲਾਂ ਕਰਤੀਆਂ, ਉਹਦੇ ਕਰਕੇ ਉਹ ਕੀਤਾ ਉਹ ਫੈਸਲਾ ਜਿਹੜਾ ਹੈਗਾ ਉਹ ਬਿਲਕੁਲ ਹੀ ਗੈਰ ਕਾਨੂੰਨੀ ਹੈ। ਉਹ ਅਸੀਂ ਉਹਨੂੰ ਚੁਣੌਤੀ ਦੇਣ ਲੱਗੇ ਹਾਂ 1-2 ਦਿਨਾਂ 'ਚ, 5-4 ਦਿਨਾਂ 'ਚ ਜਦੋਂ ਕਾਨੂੰਨੀ ਨੁਕਤੇ ਪੂਰੇ ਹੋ ਗਏ ਸਾਡੀਆਂ ਲੋੜਾਂ ਤਾਂ ਅਸੀਂ ਉਹਨੂੰ ਚੈਲੇਂਜ ਕਰਾਂਗੇ। ਉਹ ਗਲਤ ਨਹੀਂ, ਫਿਰ ਇਸ ਟਾਈਮ ਸਟੇ ਹੈ ਕਿ ਨਹੀਂ ਹੈ? ਇਸ ਟਾਈਮ ਨਹੀਂ ਹੈ। ਅੱਛਾ, ਸਟੇ ਹਟ ਗਿਆ? ਹਟ ਗਿਆ। ਠੀਕ, ਅਤੇ ਤਕਨੀਕੀ ਤੌਰ 'ਤੇ ਫਿਰ ਇਹਨੂੰ ਕਹਿ ਸਕਦੇ ਵੀ ਉਹ ਅਵਾਰਡ ਇਸ ਟਾਈਮ ਦਿੱਤੇ ਜਾ ਸਕਦੇ? ਦਿੱਤੇ ਜਾ ਸਕਦੇ ਜੀ, ਪਰ ਪੰਜਾਬ ਸਰਕਾਰ ਨੂੰ ਇੱਕ ਬਹੁਤ ਵੱਡਾ ਜਿਹੜਾ ਜੋਖਮ ਹੈ ਉਠਾ ਕੇ ਪੁਰਸਕਾਰ ਦੇਣੇ ਪੈਣਗੇ, ਕਿਉਂਕਿ ਅਦਾਲਤ ਨੇ ਮੈਰਿਟ ਦੇ ਉੱਤੇ ਇਹਦਾ ਫੈਸਲਾ ਨਹੀਂ ਕੀਤਾ। ਜਿਹੜੇ ਨੁਕਤੇ ਅਸੀਂ ਉਠਾਏ ਹੋਏ ਆ ਬਹੁਤ ਵੱਡੇ ਵੱਡੇ ਨੁਕਤੇ ਆ, ਜੇ ਤੁਹਾਨੂੰ ਟਾਈਮ ਹੋਇਆ ਤਾਂ 5-4 ਉਠਾਵਾਂਗੇ, ਤੁਹਾਨੂੰ ਦੱਸਾਂਗੇ। ਜੇ ਉਹਨਾਂ ਨੂੰ ਨਜ਼ਰਅੰਦਾਜ਼ ਕਰਕੇ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀ ਇਹ ਕਹਿਣਗੇ, ਰਿਕਮੈਂਡ ਕਰਨਗੇ ਵੀ ਇਹ ਪੁਰਸਕਾਰ ਦੇ ਦਿਓ, ਉਹ ਵੱਡੇ ਵੱਡੇ ਸੰਕਟ 'ਚ ਆ ਸਕਣਗੇ। ਜਿੰਨਾ ਚਿਰ ਅਦਾਲਤ ਨੇ ਤਾਂ ਮਿਹਨਤ ਤਾਂ ਰੱਖਿਆ ਨਹੀਂ, ਹਲੇ ਫੈਸਲਾ ਦਿੱਤਾ ਨਹੀਂ, ਉਹਦਾ ਪੈਂਡਿੰਗ ਹੈ, ਉਹਦੀ 17-10 ਤਰੀਕ ਪਈ ਹੋਈ ਹੈ ਮੇਨ ਕੇਸ ਦੀ, ਸਾਨੂੰ ਗਵਾਹੀਆਂ ਪੇਸ਼ ਕਰਨ ਦਾ ਮੌਕਾ ਦਿੱਤਾ ਹੋਇਆ ਅਦਾਲਤ ਨੇ, ਉਦੋਂ ਫੈਸਲਾ ਹੋਊਗਾ ਵੀ ਜਿਹੜੇ ਪੁਰਸਕਾਰ ਨੇ ਉਹ ਸਹੀ ਦਿੱਤੇ ਗਏ ਜਾਂ ਗਲਤ ਦਿੱਤੇ ਗਏ। ਉਹ ਤਾਂ ਹੋਇਆ ਹੀ ਨਹੀਂ, ਹਲੇ ਤਾਂ ਇੰਨਾ ਹੀ ਹੈ ਵੀ ਕੀ ਇੱਥੇ ਕੇਸ ਚੱਲ ਸਕਦਾ ਸੀ ਕਿ ਨਹੀਂ। ਕਾਨੂੰਨੀ ਤਕਨੀਕੀ ਗੱਲਾਂ 'ਤੇ ਇਹ ਹਲੇ ਰੋਕ ਖੋਲੀ ਹੈ, ਅਸੀਂ ਉਹਦੀ ਅਪੀਲ ਤਾਂ ਕਰਾਂਗੇ, ਉਹ ਤਾਂ ਅਲੱਗ ਗੱਲ ਹੈ, ਪਰ ਜਿਹੜੇ ਅੰਦਰ ਮੁੱਦੇ ਨੇ ਅਦਾਲਤ ਦੇ ਵਿੱਚ ਕੇਸ 'ਚ, ਜਿੰਨਾ ਚਿਰ ਉਹਦੇ ਬਾਰੇ ਕੋਰਟ ਇਹ ਨਹੀਂ ਕਹਿੰਦੀ ਵੀ ਇਹ ਮੁੱਦੇ ਤੁਹਾਡੇ ਗਲਤ ਨੇ ਤੇ ਸਰਕਾਰ ਨੇ ਸਹੀ ਕੀਤਾ, ਉਨਾ ਚਿਰ ਜੇ ਕੋਈ ਪੁਰਸਕਾਰ ਦੀ ਰਿਕਮੈਂਡੇਸ਼ਨ ਕਰਦਾ ਅਧਿਕਾਰੀ ਤਾਂ ਉਹਦੇ ਲਈ ਵੀ ਸੰਕਟ ਖੜਾ ਹੋ ਸਕਦਾ। ਮਤਲਬ ਜੇ ਮੈਨੂੰ ਥੋੜ੍ਹੀ ਜਿਹੀ ਸੌਖੀ ਭਾਸ਼ਾ 'ਚ, ਲੋਕਾਂ ਦੀ ਭਾਸ਼ਾ 'ਚ ਕਹਿਣਾ ਚਾਹਵਾਂ ਵੀ ਬੇਸਿਕਲੀ ਹਜੇ ਜਿਹੜੇ ਅਵਾਰਡ ਦਿੱਤੇ ਗਏ ਹੈ 21-20 ਦੇ, ਜਿਹਦੇ 'ਤੇ 21 ਦੇ ਵਿੱਚ ਤੁਸੀਂ ਰੋਕ ਲਵਾਈ ਸੀ, ਉਹ ਅਵਾਰਡ ਦੇਣ ਤੋਂ ਰੋਕ ਭਾਵੇਂ ਹਟ ਗਈ ਹੈ, ਪਰ ਉਹ ਅਵਾਰਡ ਲੀਗਲ ਹੈਗੇ ਆ, ਰਾਈਟ ਹੈਗੇ ਆ, ਕਾਨੂੰਨੀ ਜੋ ਸੰਵਿਧਾਨਕ ਤਰੀਕੇ ਨਾਲ ਦੇਣੇ ਚਾਹੀਦੇ ਸੀ, ਨਿਆਂ ਨਾਲ ਨੈਤਿਕਤਾ ਨਾਲ ਦੇਣੇ ਚਾਹੀਦੇ ਸੀ, ਉਹ ਹਜੇ ਸਾਬਤ ਹੋਣਾ ਬਾਕੀ ਹੈ। ਬਾਕੀ ਹੈ, ਇਸ ਕਰਕੇ ਦੇਣੇ ਸਰਕਾਰ ਨੂੰ ਨਹੀਂ ਚਾਹੀਦੇ ਜਿੰਨਾ ਚਿਰ ਅਦਾਲਤ ਕਲੀਅਰ ਨਹੀਂ ਕਰਦੀ ਵੀ ਕੋਈ ਪੁਰਸਕਾਰ ਗਲਤ ਹੈ ਤਾਂ ਗਲਤ ਨਹੀਂ ਕਹਿੰਦੀ, ਜਿਹਨਾਂ ਨੂੰ ਅਸੀਂ ਕਹਿੰਦੇ ਹਾਂ ਗਲਤ ਹੈ ਉਹਨਾਂ ਨੂੰ ਸਹੀ ਨਹੀਂ ਕਹਿੰਦੀ, ਉਹਨਾਂ ਚਿਰ ਪੁਰਸਕਾਰ ਦੇਣੇ ਨਹੀਂ ਬਣਦੇ, ਧੱਕੇਸ਼ਾਹੀ ਤਾਂ ਸਰਕਾਰਾਂ ਕਰਦੀਆਂ ਕਰ ਲੈ। ਚਲੋ, ਪੁਰਸਕਾਰ ਦੇ ਵਿੱਚ ਇੱਕ ਤਾਂ ਸਨਮਾਨ ਜੁੜਿਆ ਹੁੰਦਾ ਕਿ ਬੰਦੇ ਦੀ ਇੱਕ ਸੋਭਾ ਹੋ ਜਾਂਦੀ ਹੈ, ਇੱਕ ਉਹਦੇ ਨਾਲ ਸਟੇਟਸ ਜੁੜ ਜਾਂਦਾ, ਲੇਕਿਨ ਇਹ ਵੀ ਕਿਉਂਕਿ ਇੱਕ ਆਮ ਜਿਹੜਾ ਪਾਠਕ ਹੈ, ਖਾਸ ਕਰਕੇ ਜਿਹੜਾ ਸਾਹਿਤ ਨਾਲ ਜੁੜਿਆ ਅਤੇ ਇੱਕ ਆਮ ਦਰਸ਼ਕ ਹੈ, ਉਹ ਇਹ ਸੋਚਦਾ ਵੀ ਇਹ ਸਨਮਾਨ ਮਿਲ ਵੀ ਜਾਣਗੇ ਤਾਂ ਕੀ ਨੁਕਸਾਨ ਹੋਣਗੇ, ਜੇ ਇਹਨੂੰ ਤੁਸੀਂ ਮੋਨੈਟਰੀ ਪੈਸਿਆਂ ਧੇਲਿਆਂ ਦੇ ਪੱਖੋਂ ਗੱਲ ਕਰੋ ਵੀ ਇਹਦੇ ਨਾਲ ਸਰਕਾਰ ਨੂੰ ਕਿੰਨਾ ਕੁ ਨੁਕਸਾਨ ਹੋਏਗਾ। ਨਹੀਂ, ਸਰਕਾਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ,
ਨਹੀਂ ਸਰਕਾਰੀ ਖਜ਼ਾਨੇ ਨੂੰ ਮਤਲਬ ਕੋਈ ਗੱਲ ਹੈ ਸਰਕਾਰ ਨੂੰ ਖਜ਼ਾਨਾ ਨੁਕਸਾਨ ਨਹੀਂ ਹੁੰਦਾ, ਨੁਕਸਾਨ ਹੋ ਰਿਹਾ ਪੰਜਾਬੀ ਸਾਹਿਤ ਨੂੰ ਜੀ, ਪੰਜਾਬੀ ਸੱਭਿਆਚਾਰ ਨੂੰ ਜੀ, ਪੰਜਾਬੀ ਭਾਸ਼ਾ ਨੂੰ ਕਿਵੇਂ ਵੀ ਜਿਹੜੇ ਪੁਰਸਕਾਰਾਂ ਦੇ ਹੱਕਦਾਰ ਹੈ ਉਹਨਾਂ ਨੂੰ ਮਿਲਦੇ ਨਹੀਂ, ਉਹ ਡਿਸਪੁਆਇੰਟ ਹੋ ਗਈ ਤੇ ਜੇ ਕੋਈ ਆਪਾਂ ਨੂੰ ਪਤਾ ਵੀ ਪਹਿਲਿਓ ਪੈਸੇ ਖਰਚਦੇ ਆ, ਪਹਿਲਿਓ ਸਮਾਗਮ ਕਰਾਉਣੇ ਆ, ਪਹਿਲਿਓ ਪਰਚੇ ਲਿਖਾਉਣੇ ਆ, ਪਹਿਲਿਓ ਆਲੋਚਨਾ ਦੀਆਂ ਕਿਤਾਬਾਂ ਛਪਵਾਉਣੇ ਆ, ਸਾਰਾ ਕੁਝ ਕਰਤਾ ਅਸੀਂ ਪਹਿਲਿਓ ਕਰਦੇ ਹਾਂ। ਤੇ ਜਦੋਂ ਪੰਜ ਚਾਰ ਸਾਲ ਚ ਲੇਖਕ ਦੀ ਬੁੱਕਤ ਨਹੀਂ ਪੈਂਦੀ, ਉਹਦਾ ਜਿੰਨਾ ਕੰਮ ਹੈ ਉਹਦੀ ਮਾਨਤਾ ਨਹੀਂ ਮਿਲਦੀ, ਉਹ ਨਿਰਾਸ਼ ਹੋ ਕੇ ਘਰੇ ਬਹਿ ਜਾਂਦਾ। ਨੁਕਸਾਨ ਤਾਂ ਪੰਜਾਬੀ ਸਾਹਿਤ ਦਾ ਹੋ ਰਿਹਾ, ਸਰਕਾਰ ਦੇ ਖਜ਼ਾਨਿਆਂ ਨੂੰ 5-7 ਕਰੋੜ ਨਾਲ ਕੋਈ ਫਰਕ ਨਹੀਂ ਪੈਂਦਾ। ਨਹੀਂ ਪਰ ਇਹ ਆਮ ਲੋਕਾਂ ਲਈ ਤਾਂ ਇੱਕ ਵੱਡੀ ਅਮਾਊਂਟ ਆ, ਉਹਨਾਂ ਦੀ ਟੈਕਸ ਦੀ ਜੇਬ 'ਚ ਜਾਂਦਾ। ਫਿਰ ਤੁਸੀਂ ਉਹ ਤਾਂ ਹੈ ਹੀ, ਉਹੀ ਤਾਂ ਕਹਿ ਰਹੇ ਹਾਂ। ਹਾਂ, ਮੈਂ ਜਿਹੜੀ ਤੁਹਾਡੀ ਪਟੀਸ਼ਨ ਦੇਖ ਰਿਹਾ, ਤੁਹਾਡੀ ਪਟੀਸ਼ਨ 'ਤੇ ਇਹ ਕਹਿ ਰਿਹਾ ਵੀ ਉਹ ਸਾਹਿਤਕਾਰ ਐਲੀਜੀਬਲ ਹੀ ਨਹੀਂ ਹੈਗੇ। ਅਤੇ ਫਿਰ ਐਲੀਜੀਬਲ ਬੰਦੇ ਜੇ ਇੱਕ ਤੁਸੀਂ ਕਹਿ ਰਹੇ ਹੋ 6-7 ਕਰੋੜ, ਉਹ ਤਾਂ ਸਰਕਾਰ ਦਾ 100 ਰੁਪਇਆ ਵੀ ਲੈ ਜਾਏ ਮੇਰੇ ਹਿਸਾਬ ਨਾਲ, ਉਹ ਗਲਤ ਤਾਂ ਹੈ। ਮਤਲਬ ਸਰਕਾਰਾਂ ਨੂੰ ਫਰਕ ਨਹੀਂ ਪੈਂਦਾ ਪੰਜਾਬੀ ਸਾਹਿਤ ਦਾ ਨੁਕਸਾਨ ਜੀ, ਉਹ ਕੁਆਲਿਟੇਟਿਵ ਤੁਸੀਂ ਨੁਕਸਾਨ ਦੀ ਗੱਲ ਕਰ ਰਹੇ ਹੋ, ਨਾਲ ਕੁਆਂਟੀਟੇਟਿਵ ਜਿਹੜਾ ਉਹ ਨੁਕਸਾਨ ਕਰੋੜਾਂ ਦੇ ਵਿੱਚ। ਸੋ ਤੁਸੀਂ ਹੁਣੇ ਇਸ਼ਾਰਾ ਕੀਤਾ ਸੀ ਵੀ ਕੁਝ ਨੁਕਤਿਆਂ ਦੇ ਤੁਸੀਂ ਗੱਲ ਕਰ ਸਕਦੇ ਹੋ ਜੇ ਸਮਾਂ ਹੋਵੇ। ਇਹ ਪਟੀਸ਼ਨ ਬਹੁਤ ਵੱਡੀ ਹੈ, ਮੈਂ ਜੇ ਇਹਦੇ ਸਾਰੇ 'ਚ ਜਾਣ ਲੱਗਾ ਤਾਂ ਕਾਫੀ 2 ਜਿਲਦਾਂ ਨੇ। ਅਤੇ ਤੁਸੀਂ ਮੋਟੇ ਮੋਟੇ ਜਿਹੜੀ ਤੁਹਾਡੀ ਮੇਨ ਗਰਾਊਂਡਸ ਨੇ, ਜਿਹੜੇ ਤੁਹਾਡੇ ਆਧਾਰ ਨੇ, ਇਹਨਾਂ ਨੂੰ ਇਨਐਲੀਜੀਬਲ ਕਹਿਣ ਦੇ ਜਾਂ ਅਵਾਰਡ ਦੇਣ ਦੇ ਵਿੱਚ ਊਣ ਤਾਈਆਂ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ, ਉਹ 3-4 ਮੋਟੀਆਂ ਮੋਟੀਆਂ ਗੱਲਾਂ ਜੇ ਤੁਸੀਂ ਦੱਸ ਦਿਓ ਤਾਂ। ਦੇਖੋ ਇਹਦੇ 'ਚ ਵੈਸੇ ਤਾਂ ਜਿਵੇਂ ਤੁਸੀਂ ਕਿਹਾ ਪਟੀਸ਼ਨ ਬਹੁਤ ਵੱਡੀ ਹੈ, ਔਰ ਮੇਰਾ ਖਿਆਲ ਆ 10 ਕਿਲੋ ਭਾਰ ਫਾਈਲ ਦਾ ਹੋ ਗਿਆ ਜੀ। ਅਸੀਂ ਬਹੁਤ ਡਾਕੂਮੈਂਟ ਦਿੱਤੇ ਆ, ਔਰ ਅਸੀਂ ਕੋਈ ਆਪਣੇ ਆਪ ਨਹੀਂ ਦਿੱਤੇ, ਜੋ ਭਾਸ਼ਾ ਵਿਭਾਗ ਨੇ ਸਾਨੂੰ ਦਿੱਤੇ ਆਲਟੀ ਉਹੀ ਪੇਸ਼ ਕੀਤੇ ਆ ਜੀ। ਉਹਦੇ 'ਚ ਅਸੀਂ 28-29 ਜਿਹੜੇ ਨੁਕਤੇ ਆ ਜੀ ਉਹ ਇਹਦੇ ਵਿੱਚ ਉਠਾਏ ਹੋਏ ਆ ਜੀ। ਪਰ ਕਿਉਂਕਿ ਸਮਾਂ ਤੁਹਾਡੇ ਕੋਲ ਵੀ ਥੋੜ੍ਹਾ ਅਤੇ ਦਰਸ਼ਕ ਵੀ ਉਕਤ ਆ ਜਾਂਦੇ ਆ, ਆਪਾਂ ਉਹਨਾਂ ਦੀ ਆਪਾਂ 2-3 ਗੱਲਾਂ ਕਰਦੇ ਹਾਂ ਜਿਹੜੀਆਂ ਵੱਡੀਆਂ ਜੀ। ਠੀਕ ਹੈ, ਜਿਵੇਂ ਆਪਾਂ ਕਿਹਾ ਸੰਕਟ 'ਚ ਆਉਣਗੇ, ਪਹਿਲਾਂ ਆਪਾਂ ਉਹ ਗੱਲ ਕਰ ਲਈਏ। ਇਹਦੇ ਵਿੱਚ ਜਿਹੜੇ ਸਾਡੇ ਸਾਹਿਤਕਾਰ ਨੇ, ਜਿਹੜੇ ਵੱਡੇ ਸਾਹਿਤਕਾਰ ਨੇ, ਉਹ ਇੰਨੇ ਲਾਲਚੀ ਹੋ ਗਏ ਵੀ ਆਪਣੇ ਸਲਾਹਕਾਰ ਬੋਰਡ ਦੇ ਮੈਂਬਰ ਹੁੰਦੇ ਹੋਏ, ਮਤਲਬ ਸਿਲੈਕਸ਼ਨ ਕਰਨ ਦੇ ਜਿਹੜਾ ਬੋਰਡ ਬਣਾਇਆ ਇਹਨਾਂ ਨੇ, ਉਹ ਗੱਲ ਗੈਰ ਕਾਨੂੰਨੀ ਉਹਦੀ ਗੱਲ ਫੇਰ ਕਰਾਂਗੇ, ਉਹਦੇ ਮੈਂਬਰ ਹੁੰਦੇ ਆਪਣੇ ਆਪ ਨੂੰ ਪੁਰਸਕਾਰ ਲੈ ਲੈਂਦੇ। ਮਤਲਬ ਸੌਖਾ ਕਰ ਦਵਾਂ ਮੈਂ ਥੋੜ੍ਹਾ ਜਿਹਾ ਹੋਰ ਆਪਣੇ ਦਰਸ਼ਕ ਲਈ ਵੀ, ਜਿੰਨੇ ਚੁਣਨਾ ਵੀ ਅਵਾਰਡ ਕਿਹਨੂੰ ਦੇਣਾ, ਹਾਂ ਉਹ ਆਪਣੇ ਆਪ ਨੂੰ ਹੀ ਚੁਣ ਰਹੇ ਨੇ ਵੀ ਮੈਨੂੰ ਹੀ ਮਿਲਣਾ ਚਾਹੀਦਾ, ਮੈਨੂੰ ਮਿਲਣਾ ਚਾਹੀਦਾ। ਜਿਵੇਂ ਵੱਡੇ ਸਾਹਿਤਕਾਰਾਂ ਨੇ 2010 ਦੇ ਵਿੱਚ, ਕੁਝ ਦਲੀਪ ਕੌਰ ਟਵਾਣਾ, ਜਸਵੰਤ ਸਿੰਘ ਕਮਲ, ਉਹਨਾਂ ਨੇ ਸਾਹਿਤ ਰਤਨ ਜਿਹੜੇ ਅੱਜ ਕੱਲ੍ਹ ਆਪਣੇ ਆਪ ਨੂੰ ਲੈ ਲਏ। ਅੱਛਾ ਜੀ, ਹਾਂਜੀ। ਤੇ 7 ਜਿਹੜੇ ਸਲਾਹਕਾਰ ਬੋਰਡ ਦੇ ਮੈਂਬਰ ਸੀ ਉਹਨਾਂ ਨੇ ਆਪਣੇ ਆਪ ਨੂੰ ਸਿਲੈਕਟ ਕਰ ਲਿਆ। ਅੱਛਾ ਜੀ, ਹਾਂ। ਉਹਦੀ ਰਿਟ ਹੋਈ ਹਾਈ ਕੋਰਟ 'ਚ ਜੀ ਵੀ ਇਹ ਗਲਤ ਹੈ, ਜਿਹੜਾ ਇਹ ਕਾਨੂੰਨ ਨੇਚਰਲ ਜਸਟਿਸ ਕਹਿੰਦੀ ਹੈ ਵੀ ਜਿਹੜਾ ਸਿਲੈਕਟਰ ਹੈ, ਜੱਜ ਹੈ, ਉਹੀ ਪਾਰਟੀ ਨਹੀਂ ਹੋ ਸਕਦੀ, ਉਹ ਵਿਨਰ ਨਹੀਂ, ਖੁਦ ਹੀ ਵਿਨਰ ਨਹੀਂ ਹੋ ਸਕਦਾ। ਹਾਂ, ਆਪ ਹੀ ਜੱਜ, ਆਪ ਹੀ ਤੁਸੀਂ ਪਾਰਟੀ, ਆਪ ਹੀ ਤੁਸੀਂ ਮੁਲਜ਼ਮ, ਇਹ ਨਹੀਂ ਹੁੰਦਾ, ਹੋ ਹੀ ਨਹੀਂ ਸਕਦਾ। ਪਰ ਇਹਨਾਂ ਨੇ ਕਰ ਲਿਆ, ਹਾਈ ਕੋਰਟ ਚੈਲੰਜ ਹੋਇਆ, ਉਹ ਵੱਡੀ ਕਹਾਣੀ ਹੈ, ਆਪਾਂ ਨਹੀਂ ਪਾਉਂਦੇ। ਉਹਦੇ 'ਚ ਪੰਜਾਬ ਸਰਕਾਰ ਨੇ ਫਿਰ ਇਹ ਕਿਹਾ ਜੀ ਵੀ ਅਸੀਂ ਅੱਗੇ ਤੋਂ ਇਸ ਤਰ੍ਹਾਂ ਦੀ ਪਾਲਿਸੀ ਬਣਾਵਾਂਗੇ ਜਿਹਦੇ ਜਿਹੜਾ ਸਲਾਹਕਾਰ ਬੋਰਡ ਦਾ ਮੈਂਬਰ ਹੈ ਉਹ ਆਪਣੇ ਆਪ ਨੂੰ ਪੁਰਸਕਾਰ ਨਹੀਂ ਲੈ ਸਕਦਾ। ਠੀਕ ਹੈ ਜੀ, ਜੇ ਲਊਗਾ ਤਾਂ ਰਿਜ਼ਾਈਨ ਕਰੂਗਾ ਤੇ ਉਸ ਤੋਂ ਅਗਲੇ ਜਿਹੜੇ ਪੁਰਸਕਾਰ ਹੈ ਉਹਦੇ ਲਈ ਉਹ ਐਲੀਜੀਬਲ ਹੋਊਗਾ। ਥੋੜਾ ਹੋਰ ਇਹਨੂੰ ਮੈਂ ਕਲੀਅਰ ਕਰਦਾ ਵੀ ਜੇ ਉਹਨੇ ਲੈਣਾ ਹੋਇਆ ਤਾਂ ਉਹ ਪਹਿਲਾਂ ਸਿਲੈਕਸ਼ਨ ਕਮੇਟੀ ਤੋਂ ਬਾਹਰ ਜਾਊਗਾ, ਉਹਨੂੰ ਛੱਡੂਗਾ, ਫਿਰ ਉਹਨੂੰ ਕੋਈ ਹੋਰ ਸਿਲੈਕਸ਼ਨ ਕਮੇਟੀ ਉਹਨੂੰ ਇਨਾਮ ਜਿਹੜਾ ਉਹ ਵੀ ਅਗਲੇ ਵਾਰ ਦੇ ਸਕਦੇ, ਅਗਲੇ ਸਾਲ। ਜਿਵੇਂ 20 ਚੋਂ ਮੈਂਬਰ ਹੈ, 20 ਵਾਲੇ ਬੋਰਡ ਚੋਂ ਅਸਤੀਫਾ ਦੇਊਗਾ, 20 ਵਾਲਾ ਨੂੰ ਪੁਰਸਕਾਰ ਨਹੀਂ ਮਿਲੂਗਾ, 21 ਵਾਲਾ ਮਿਲੂਗਾ ਅਗਲੇ। ਇਹ ਇਹਨਾਂ ਨੇ ਗਵਰਨਮੈਂਟ ਨੇ ਇੱਥੇ ਐਫੀਡੈਵਿਟ ਦਿੱਤਾ, ਫਿਰ ਕਮੇਟੀਆਂ ਬਣੀਆਂ, ਉਹ ਕਮੇਟੀਆਂ ਨੇ ਫੈਸਲੇ ਕੀਤੇ, ਉਹ ਵੀ ਸਲਾਹਕਾਰ ਬੋਰਡ ਆਹ ਬਣਾਇਆ ਵੀ ਰਿਜ਼ਾਈਨ ਕਰੂਗਾ, ਆਪਾਂ ਹੁਣ ਗਾਹ ਨਹੀਂ ਜਾਂਦੇ। ਹੁਣ ਇਸ ਦੇ ਵਿੱਚ ਕੀ ਹੋਇਆ ਜੀ, ਇਹ ਸਿਲੈਕਸ਼ਨ ਹੈ ਜਿਹੜੀ, ਇਹਦੇ 'ਚ 2 ਜਿਹੜੇ ਸਲਾਹਕਾਰ ਬੋਰਡ ਦੇ ਮੈਂਬਰ ਹੈ ਉਹਨਾਂ ਨੇ 10 ਲੱਖ ਵਾਲਾ ਪੁਰਸਕਾਰ ਲੈ ਲਿਆ ਆਪਣੇ ਆਪ, ਆਪਣੇ ਆਪ ਨੂੰ। ਉਹਨਾਂ ਦੇ ਬਾਰੇ ਥੋੜ੍ਹੀ ਦੱਸ ਦਿੰਦੇ ਹਾਂ, ਮੈਂ ਪਹਿਲਾਂ ਗੁਲਜ਼ਾਰ ਸਿੰਘ ਸੰਧੂ ਨੇ ਜੀ, ਠੀਕ ਹੈ, ਉਹਨਾਂ ਨੂੰ ਪਹਿਲਾਂ 5 ਲੱਖ ਦਾ ਮਿਲਿਆ ਹੋਇਆ ਸੀਗਾ, ਦੁਬਾਰਾ ਫੇਰ ਲੈ ਲਿਆ 10 ਲੱਖ ਦਾ। ਅੱਛਾ, ਹੁਣ ਉਹ ਇਨਐਲੀਜੀਬਲ ਕਿਵੇਂ ਨੇ? ਉਹ ਜਿਹੜੇ ਮੈਂਬਰ ਸੀ ਸਲਾਹਕਾਰ ਬੋਰਡ ਦੇ, ਜਿਹੜੀ ਪੰਜਾਬੀ ਸਾਹਿਤ ਸਭਾ ਦਿੱਲੀ ਹੈ ਉਹਦਾ ਜਿਹੜਾ ਵੀ ਪ੍ਰਧਾਨ ਹੁੰਦਾ, ਸਾਹਿਤ ਅਕੈਡਮੀ ਆਪਣੀ ਲੁਧਿਆਣੇ ਵਾਲੀ ਹੈ, ਕੇਂਦਰੀ ਪੰਜਾਬੀ ਲੇਖ ਸਭਾਵਾਂ ਨੇ, ਇਹਨਾਂ ਦੇ ਜਿਹੜੇ ਪ੍ਰਧਾਨ ਹੈ ਇਹ ਮੈਂਬਰ ਹੁੰਦੇ ਆ, ਉਹ ਪੰਜਾਬੀ ਸਾਹਿਤ ਸਭਾ ਦਿੱਲੀ ਦਾ, ਦਿੱਲੀ ਦੇ ਪ੍ਰਧਾਨ ਲੰਬੇ ਸਮੇਂ ਤੋਂ ਚੱਲੇ ਆ ਰਹੇ। 2020 'ਚ ਵੀ ਪ੍ਰਧਾਨ ਸੀਗੇ ਉਹ, ਤਾਂ ਸਲਾਹਕਾਰ ਬੋਰਡ ਦੇ ਮੈਂਬਰ ਸੀ ਜੀ। ਉਹਨਾਂ ਨੇ ਆਪਣੇ ਆਪ ਨੂੰ 10 ਲੱਖ ਦਾ ਬਣਾ ਲਿਆ, ਚਾਹੇ ਨਹੀਂ ਆਏ ਉਹ ਗੱਲ ਗਾਹ ਕਰ, ਕਾਨੂੰਨ 'ਚ ਆਵਾਂਗੇ ਤਾਂ ਤਕਨੀਕੀ ਸੌਖੇ ਜਿਹੜੇ ਨਾਲੇ ਉਹਦੇ ਫਿਰ ਆਪਣੇ ਕੋਲ ਟਾਈਮ ਨਹੀਂ।
उन्होंने अपने आप नूं पुरस्कार ले लिया जी। तेजवंत मान जिहड़ी केंद्रीय पंजाबी लेख सभा सेखों है उहदे प्रधान ने उहदे उन्होंने भाषा विभाग नूं लिखता लीक होया एजेंडा भी मैनू पंजाबी साहित रतन पुरस्कार लई विचारिया जा रहा इसलिए मैं ये मीटिंग च नहीं आऊंगा। अच्छा उन्होंने पहला पता लग गया क्योंकि एजेंडे गए उन्होंने पता ही होंगे उत्थे ही बैठे रहिंदे आ जी ते भी मैं मेरा सकत्तर आऊंगा जदों के वो जिहड़े सलाहकार बोर्ड का मैंबर का प्रधान है वो नहीं एलीजिबल सी उन्हें भी ले लिया फिर जिहड़ा साडा दावा है क्योंकि पंजाब सरकार दीआं बार बार हदायतां है उहदे विच ये लिखिया होया है इन्हां ने मन्ने है छे पैरा देखो पैरा नंबर तुसीं पढ़ो जे पटीशन 7-8-9 तीन पैरां च मन्निया ये रूल हले लागू है जिहड़ा सलाहकार बोर्ड का मैंबर है वह पुरस्कार लई एलीजिबल नहीं है। ये उन्होंने एफिडेविट दे के हाई कोर्ट च कहा सी वी असीं इस रूल दे सामने चलांगे उत्थे गया जदों साडा जवाब दा असीं केस कीता साडे केस दे जवाब च पंजाब सरकार ने जिहड़ा जवाब दित्ता है उह च मन्निया है पैरा नंबर 7-8-9 च भी इह ठीक है एडमिट करदे आं असीं ठीक है इक पासे मन गए भी सलाहकार बोर्ड का जिहड़ा मैंबर है उह वार्ड नहीं लै सकदा दूजे पासे दे ते ठीक है हुण साडा नुक्ता तां इह है भी इहनां नूं किवें देते इहदे ते हले सर हले कोर्ट ने फैसला करना है जी। ये एक नुकता हो गया अगला नुकता इहदे नाल ही जुड़िया होया एक दूजा नुकता है जी उहदे विच ही उस टाइम जिहड़ी सिलेक्शन पॉलिसी कमेटी बनाई उहदा गुलजार सिंह संधू डॉक्टर गुलजार सिंह संधू भी मैंबर सी इस कमेटी के चार मैंबर सी उहनां ने रिकमेंड किया एक किताब च मैं उहदी प्रोसीडिंग भी दित्ती हुई है उहनां ने रिकमेंड किया भी मैंबर ही नहीं सलाहकार बोर्ड के जिहड़े रिश्तेदार ने मैंबरां दे ओह भी एलीजिबल नहीं होणगे मतलब जिहड़े सलाहकार ने जिहड़े इनाम देण दी चोण कर रहे ने उन्हां दा ओह अपने किसे रिश्तेदार नूं वी अवार्ड नहीं दे सकदे ये भी हो गया। गुलजार सिंह संधू उस कमेटी का मैंबर है जिन्हें सिफारिश की है भाषा विभाग ने मान ली जी ठीक है ते हुण डॉक्टर जसविंदर सिंह है जिहड़ा जी ओहदी वाइफ धनवंत कौर है जी ठीक है उन्हें उन्हें सिलेक्ट कराता उन्होंने अपने हस्बैंड नूं देता अवार्ड और वाइफ नूं डॉक्टर जसविंदर सिंह बोर्ड के मैंबर है उन्होंने अपनी वाइफ नूं देता जदों के हुण खतरा जिहड़ा मैं कहना खड़ा करनगे जे कोई पुरस्कार देणगे काली करू सरकार बिना सोचे समझे वी असीं स्टे वकेट करा ली हुण उह जिहड़ा जिहड़ा जसविंदर सिंह है डॉक्टर जसविंदर सिंह उह जिहड़ी पहला जिहड़ी पहली हाई कोर्ट चैलेंज हुई उदो उन्हां दी वाइफ डॉक्टर धनवंत कौर बोर्ड दी मैंबर सी उन्हें अपना पति बना लिया डॉक्टर जसविंदर सिंह नूं दवाता वो रिट दे विच डॉक्टर जसविंदर सिंह पार्टी सी पार्टी जो बन के ने जवाब दिता उत्थे ये मैं एक तां कह रहा भी इहनूं पता है डॉक्टर जसविंदर सिंह नूं पता है भी की रूल ने किवें इह नहीं सलाहकार बोर्ड दे मैंबर लै सकदे की पंजाब सरकार ने जवाब दिता फिर भी इसने अपनी वाइफ नूं रिकमेंड उन्हें पुरस्कार दवाता जिहड़ा स्टीफ है वह सानू नहीं इन्होंने दस्या भी मंजूर कर ल कर कि नहीं एक लिखता भी उन्होंने इस्तीफा देता पर इस्तीफा देता मान लो दिता मान लो मंजूर भी हो गया वह फिर अगली बारी दे अवार्ड जानी सी ना 21-22-23 कदे हुंदी वह 20 ही मिल गया उन्होंने अवार्ड इस लिस्ट ये साडा एक नुकता सी ये भी मन्ने है भाषा विभाग ने अपने जवाब च मन्निया भी हाँ जिहड़ा रिश्तेदार है वो अपने ना जिहड़ा सलाहकार बोर्ड दा मैंबर है सिलेक्टर ने वो अपने रिश्तेदार नूं पुरस्कार नहीं दे सकदे असीं कहिंदे फिर भाई आ धनवंत कौर नूं क्यों दित्ता धनवंत कौर बारे असीं पटीशन च लिखिया कोई एलीगेशन नहीं भी ये जिहड़े मौजूदा डायरेक्टर है भाषा विभाग दे एक्टिंग उहदी सगी भैण है जसविंदर सिंह उहदा सका जीजा है इहदा ही हसबैंड है अपना रसूख वरत के असीं पटीशन च लिखिया अपना रसूख वरत के कदे उहनूं मैंबर बना दिंदी है रिकमेंड बोर्ड च पा दिंदी है वह उधर उहनूं ना कर दिंदा है ये 10-20 साल तो जदों दी प्रभावशाली पोस्ट दे गए हुए ने यह अपने रसूख की वरतों करके अवार्डा नूं अवार्डा च पक्षपात कराउंदे है इहदा भाषा विभाग ने जवाब ही नहीं दिता असीं लिखती एलीगेशन लाया भाषा विभाग गोलमोल कर गया उहदा कोई प्रोसैस च ये हुण जिहड़े तीन गल्लां आपां तीन नाम लए आ हुण ये जे भाषा विभाग नूं पता है मन रहा है भाषा विभाग केस च भी जिहड़े ये कैंडीडेट सी इहनां नूं पुरस्कार नहीं मिल सकदा
ठीक है जे भाषा विभाग हुण दबाउंदा है इहनूं चाहीदा है सरकार जे चलो मानदी है वी जी आह वड्डे काम गलती होई वी है इह पुरस्कार नहीं देने ते बाकी नूं देर इह करन मीत जी ने कुछ साढ़े सत्कारयोग साहित्यकारां दे नां ले आ उहनां दी पटीशन दे विच आ मेरे कोल हैगी आ मैं नाल शेयर करूँगा जदों मैं इंटरव्यू च तुहाडे नाल होऊगी ते तुसीं इहनूं स्क्रीन ते वी देखोगे तो पर मैं इतने एक गल बहुत स्पष्ट कर देना कि पटीशन के नुक्ते तो ही गल हो रही है साढ़े लिए सारे सत्कारयोग ने ते असी उन्हां दा पक्ष भी जिहड़ा हैगा वो तुहाडे अगे अगे रखांगे फिलहाल क्योंकि एक लेटेस्ट हुणे जो फैसला आया है तो जिन्हां दे नां ले जा रहे हैं उन्हां दा पक्ष भी जरूर जिहड़ा लिया जाऊगा तो वो तुहाडे सामने रखा जाऊगा उन्हां नूं भी अपनी गल कहण दा जिहड़ा समां दित्ता जाऊगा जी। मीत साहब ये दूजा नुकता हो गया तीसरा नुकता तीसरा हैगा एक एक इन्हां ने जिहड़े हुंदे कोई भी छोटी तो छोटी गल करनी होवे सरकार ने तो उहदे रूल बनते हैं जी जे आपां छोटी पोस्ट है सरकार की चपड़ासी की जी उहदे भर्ती होना होवे उहदे भी रूल बनते हैं जी भी दसवीं पास हो एक्स सर्विस मैन जो जो भी है डिटेल रूल बनते उहदे क्वालिफिकेशन होंगे जी भी आह शर्तां ने जिहड़ियां पूरियां करूगा इत्थे कोई रूल ही नहीं है ठीक है मतलब कोई मापदंड नहीं बनाए बनाए नहीं रूल नहीं बनाए रूल कहिंदे नियम नहीं बनाए ठीक है फिर की हुंदा है सिलेक्शन प्रोसैस हुंदी है जी दूजा हिस्सा हुंदा रूलां दा वे सिलेक्शन किवें करनी है साइंस मास्टर रखने हैं उहदी असीं एडवरटाइजमेंट करांगे एक सलाहकार बोर्ड बनूगा सिलेक्शन बोर्ड चाहे सबऑर्डिनेट बोर्ड है कुछ भी है फिर वह चोन करूँ फिर इंटरव्यू सारा प्रोसैस हुंदा फिर वह लिस्ट जारी करदे आ इत्थे ना सिलेक्शन प्रोसैस है कुछ भी नहीं साडा ये चैलेंज है की कीता होया भाषा विभाग ने एक आपी अपने बह के एक व्याख्या पत्र नाम का एक डाकूमेंट बनाया है उहदे शर्तां जिहियां लिख रखियां असीं आरटीआई च पुछिया भी व्याख्या पत्र है की किने बनाया कदों बनाया रिटन रिप्लाई साडी है जिहड़ी असीं पटीशन नाल लाई हुई है वह कहिंदे साडे कोल कोई रिकॉर्ड नहीं किने बनाया कदों बनाया सानूं नहीं पता तुसीं उह दसो व्याख्या पत्र दी कानून दे विच की वैल्यू है जिहदा पता ही नहीं ठीक है ओहदे बिताब की है चलो असीं मानदे आ वी इह भी ठीक है जो तुसीं बना लिया ठीक है ओहदे विच एक पुरस्कार है जिहड़ा पंजाबी साहित्यकार ओह जिहड़ा पंजाब तों बाहर रहिंदा ओहदे लई है ठीक है बेसिकली तां कोई कलकत्ते दे जम्मे पले पंजाबी ने कोई बंबे दे ने कोई कितों दे ने अपने हरियाणे च बैठे है वी उहनां लई पुरस्कार आ ओह 5 लख वाला पंजाबी साहित्यकार पंजाबों बाहर ਇਹ ਉਹਦਾ ਨਾਂ ਹੈ ਕੁਝ ਇੱਕ ਸ਼ਰਤ ਵਿਆਖਿਆ ਪੱਤਰ ਜਿਹੜਾ ਕਾਨੂੰਨੀ ਨਹੀਂ ਹੋਇਆ ਫਿਰ ਵੀ ਉਹ 'ਚ ਰੱਖਿਆ ਹੋਇਆ ਵੀ 10 ਤੋਂ ਬਾਹਰ ਰਹਿੰਦਾ ਹੋਵੇ ਪੰਜਾਬ ਤੋਂ ਕਲਕੱਤੇ ਹੋਵੇ ਬੰਬੇ ਹੋਵੇ ਪੂਰੇ 10 ਤੋਂ ਬਾਹਰ ਰਹਿੰਦਾ ਹੋਵੇ ਹੁਣ ਇਹ ਪੁਰਸਕਾਰ ਡਾਕਟਰ ਰਵੀ ਰਵਿੰਦਰ ਨੂੰ ਦਿੱਤਾ ਜਦੋਂ ਕਿ ਉਹ ਸਰਕਾਰੀ ਮੁਲਾਜ਼ਮ ਹੈ ਜਿਹਦਾ ਮੇਰੇ ਵਰਗਾ ਹੋਵੇ ਤਾਂ ਕਹਿ ਦੇ ਮੈਂ ਤਾਂ ਜੀ ਦਿੱਲੀ ਹੀ ਰਹਿਣਾ ਇੱਥੇ ਤਾਂ ਮੈਂ ਉਹੀ ਮਿਲ ਆਉਣਾ ਜਿਹੜਾ ਇੱਕ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਸੀ ਮੁਕਤਸਰ ਰੀਜਨਲ ਸੈਂਟਰ 'ਚ ਉਹ 2014 ਤੱਕ ਉੱਥੇ ਰਹੇ ਨੇ ਜੀ ਫਿਰ ਉਹ 14 ਤੋਂ ਬਾਅਦ ਦਿੱਲੀ ਦੇ ਅਸਿਸਟੈਂਟ ਪ੍ਰੋਫੈਸਰ ਬਣ ਗਏ ਜਾਂ ਅੱਗੇ ਚਲੇ ਗਏ ਮੈਨੂੰ ਨਹੀਂ ਪਤਾ ਉਹਨਾਂ ਦਾ ਅਸੀਂ ਬਾਇਓਡਾਟਾ ਦਿੱਲੀ ਯੂਨੀਵਰਸਿਟੀ 'ਤੇ ਵੈਬਸਾਈਟ ਤੋਂ ਕੱਢਿਆ ਉਹਦੇ ਵਿੱਚ ਉਹਨਾਂ ਨੇ ਆਪ ਲਿਖਿਆ ਹੋਇਆ ਵੀ ਮੈਂ 14 'ਚ ਦਿੱਲੀ 'ਚ ਆਇਆ ਉਦੋਂ ਪਹਿਲਾਂ ਮੈਂ ਪੰਜਾਬ ਯੂਨੀਵਰਸਿਟੀ ਅਸਿਸਟੈਂਟ ਮਤਲਬ 14 ਤੋਂ ਲਾ ਕੇ 20 ਤੱਕ 6 ਸਾਲ ਬਣਦੇ 10 ਦੀ ਸ਼ਰਤ ਤਾਂ ਪੂਰੀ ਨਹੀਂ ਕਰਦਾ ਪਰ ਉਹਨੂੰ ਪੁਰਸਕਾਰ ਕਿਵੇਂ ਦਿੱਤਾ ਹੁਣ ਜਿਹੜੇ ਸਾਡੇ ਤੇ ਐਲੀਗੇਸ਼ਨ ਲਾਉਂਦੇ ਹੈ ਜਿਹੜੇ ਹਾਰੇ ਹੋਏ ਬੰਦੇ ਨੇ ਵੀ ਇਹ ਲੇਖ ਕਾਹਨੂੰ ਆਹ ਵਾਹ ਅਸੀਂ ਤਾਂ ਆਹ ਮੁਕਤ ਨੁਕਤੇ ਅਸੀਂ ਰਵਿੰਦਰ ਨੂੰ ਕਹਿੰਦੇ ਨੀ ਮੈਂ ਤਾਂ ਕਹਿੰਦਾ ਬਹੁਤ ਵੱਡਾ ਆਲੋਚਕ ਹੈ ਬਹੁਤ ਵੱਡਾ ਸਾਹਿਤਕਾਰ ਹੈ ਸਾਰਾ ਸ਼ਰਤ ਤਾਂ ਦੱਸੇ 10 ਹੋ ਗਏ ਕਿ ਨਹੀਂ ਫਿਰ ਕਿਵੇਂ ਮਿਲ ਗਿਆ ਤੈਨੂੰ ਭਾਈ ਕਿਹਨੇ ਦਿੱਤਾ ਉਹ ਮਤਲਬ ਐਲੀਜੀਬਲ ਉਸ ਤਰ੍ਹਾਂ ਜਿਹੜੀ ਉਹਨਾਂ ਦੀ ਸਾਹਿਤ ਦੀ ਕੁਆਲੀਫਿਕੇਸ਼ਨ ਹੈ ਉਹ ਤੇ ਹੈਗੀ ਹੈ ਲੇਕਿਨ ਜਿਹੜੀ ਟੈਕਨੀਕਲ ਬਹੁਤ ਵੱਡੇ ਆ ਮੈਂ ਨਹੀਂ ਕਹਿੰਦਾ ਮੈਂ ਪਹਿਲਾਂ ਹੀ ਲਿਖਿਆ ਇਹਦੇ ਵਿੱਚ ਵੀ ਉੱਥੇ ਕੋਈ ਸਾਰੀ ਪਟੀਸ਼ਨ ਪੜ ਲਓ ਅਸੀਂ ਕਿਸੇ ਦੀ ਸਾਹਿਤਕ ਦੇਣ ਨੂੰ ਨਕਾਰਿਆ ਨਹੀਂ ਮੈਂ ਆਹ ਵੀ ਜਿਹੜੀ ਗੱਲ ਕਰ ਰਿਹਾ ਇਹ ਮੈਂ ਟੈਕਨੀਕਲ ਕਰਦਾ ਵੀ 10 ਕਦੋਂ ਪੂਰੇ ਹੋਏ ਜੀ ਤੁਸੀਂ ਇਲਜ਼ਾਮਾਂ ਦੀ ਗੱਲ ਕੀਤੀ ਹੈ ਦੇਖੋ ਇਹ ਗੱਲ ਮੈਂ ਮੰਨ ਕੇ ਚੱਲਦਾ ਨੈਚੁਰਲੀ ਹੁੰਦਾ ਵੀ ਜਦੋਂ ਤੁਸੀਂ ਕਿਸੇ 'ਤੇ ਇਲਜ਼ਾਮ ਲਾਓਗੇ ਤੁਸੀਂ ਕਿਸੇ ਖਿਲਾਫ਼ ਆ ਐਡੀ ਮੋਟੀ ਅਤੇ ਤੁਸੀਂ ਹੁਣ ਕਹਿ ਰਹੇ ਹੋ 10 ਦੀ ਫਾਈਲ ਹੋ ਚੁੱਕੀ ਉਹ ਪਾਓਗੇ ਅਦਾਲਤ 'ਚ ਜਾ ਕੇ ਉਹਨਾਂ ਦੇ ਨਾਂ ਲਓਗੇ ਮੀਡੀਆ 'ਚ ਤੁਸੀਂ ਗੱਲ ਕਰੋਗੇ ਸੋਸ਼ਲ ਮੀਡੀਆ 'ਤੇ ਵੀ ਤੁਸੀਂ ਆਪਣੀ ਉਮਰ ਦੇ ਹਿਸਾਬ ਨਾਲ ਬਹੁਤ ਐਕਟਿਵ ਹੋ ਤੁਹਾਡੇ ਹਾਣ ਦੇ ਬਹੁਤ ਘੱਟ ਬੰਦੇ ਐਕਟਿਵ ਨੇ ਤੁਸੀਂ ਸਾਰੀਆਂ ਗੱਲਾਂ ਪਬਲਿਕ ਡੋਮੇਨ 'ਚ ਰੱਖਦੇ ਹੋ ਤੁਸੀਂ ਆਪਣੀ ਵੈਬਸਾਈਟ ਬਣਾਈ ਹੋਈ ਆ mitrsainmeet.com ਇੱਕ ਇੱਕ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਉਹ ਉੱਥੇ ਔਨ ਰਿਕਾਰਡ ਪਈ ਆ ਜਿੰਨੇ ਚੈੱਕ ਕਰਨੀ ਉਹ ਚੈੱਕ ਕਰ ਸਕਦਾ ਹੈ ਨਾ ਸੋ ਫਿਰ ਜਦੋਂ ਤੁਸੀਂ ਇਹ ਸਾਰਾ ਕੁਝ ਕਰਦੇ ਹੋ ਤੇ ਜ਼ਾਹਿਰ ਹੈ ਕਿ ਤੁਹਾਡੇ ਉੱਤੇ ਵੀ ਕੁਝ ਇਲਜ਼ਾਮ ਜਿਹੜੇ ਉਹ ਲੱਗਣਗੇ ਜਿਸ ਤਰ੍ਹਾਂ ਕਿ ਇਸ ਪਟੀਸ਼ਨ ਨੂੰ ਦੇਖਦਿਆਂ ਹੀ
बहुत सा जो तुम ये लाया और अखबार मीडिया के जरिए आया कि भी तुम दर्जना की गिणती च जोड़े साहित्यकारा अवार्ड है वह रोकते रुकवाते कानूनी प्रक्रिया के जरिए तो ये अपना कोई वैसटड अपना कोई निजी मुफाद है वैसटड इंट्रस्ट है ज़्यादातर यही एक हों भी सानू नहीं अवार्ड लैन दे रहे मतलब ये आप अवार्ड लेना चाहता है ठीक है ना तुहाडी पटीशन भी क्योंकि पब्लिक डोमेन है कई बंदे वो भी पढ़ के भी डिस्कस करते हैं भी ये पटीशन च कह रहा भी मेरे तो ज़्यादा एलीजिबल कोई है ही नहीं ठीक है भी मित्र सेन मीत होना ने लिखा और भी जिन्हों अज तक दस बंद जिन्हों भी पंजाब रत्न मिल चुका है भी वो उन्होंने मुकाबले मेरे मेरे जिनी एलीजिबिलिटी किसी च भी नहीं हैगी तो इदा के भी इल्जाम आते हैं फिर उदों तू लगता भी ता असली मोटिव की है या ता अपना अवार्ड लैन का मोटिव कोई है जो लाने जी एलीगेशन काउंटर एलीगेशन लगते रहते हैं मैं कोई इतराज नहीं है जी मैं तो इन्हों कहना हूं मैं केंद्रीय पंजाबी लेख सभा सिख हो जी इन्हों बेनती की डिबेट कर लो जी मैं दसता दो जी मैं केंद्रीय पंजाबी लेख सभा रजिस्टर्ड जिन्हों कहते हैं दर्शन बोटर बेनती की भी डिबेट रखो जी उन्होंने नहीं करी मैं साहित्य अकैडमी लुधियाने वालों बेनती की भी पुरस्कार एडा इंपोर्टेंट मैटर है मेरे नाल डिबेट तो कर लो मैं कल्ला बोलूंगा मेरे नाल दस बुला दियो मैं फिर सतनाम सिंह मानकोहरा नूं एक बार किया कि तुसी एडे वड्डी एक संस्था दे मुख संपादक हो मुख ही आहो भी तुसी कर लो कोई नहीं खड़दा मेरे नाल गल तां करन भी कित्थे मैं गलत हाँ जिहड़ी गल तुसी कहने हो ये मैं जे मेरा जिहड़ा बायोडाटा है वह छे लाइनां दा है छे लाइना दा जिहड़ी पटीशन आ उह च मैं दो पेज लिखे ने छे लाइना दा जिहड़ा इन्हां दे रिकॉर्ड च है जिहड़ा इन्हां ने उत्थे विचारिया है जी जिहड़ा विचारिया है जी जिहड़ा भाषा विभाग ने तैयार कीता है जी ठीक है छे लाइना दा जी हले उहदे विच मैं अद्धा जिहड़ा अपना काम है उह दित्ता नहीं जी मेरीयां दस किताबां लॉ ते पंजाबी च ने जी मैं उहनी गल कीती उह कम ही इन्ना सी उह कहिंदे बस बहुत है जवाब ले लो जिहड़ा इह कहिणे आ वी इहनां नूं पुरस्कार नहीं मिलिया इस करके चैलेंज करदे आ जिहड़ा असीं कहिणे आ उह गल लोकां नूं समझ नहीं आउंदी जे मैं पुरस्कार लई लड़िया हुंदा तां मैं भी दो पेज दा आपदा बायोडाटा भेजदा मेरा जो डेट ऑफ बर्थ है मेरे को पे पायो मैं कॉपी पाऊंगा जरूर भाषा विभाग तो ली है उदे विच इन्होंने मेरा डेट ऑफ ईयर 1953 लिखा जो कि 52 दा है मैं इन्ना बुद्धू सी मैनू आपदा गलत लिखदा छे लाइना दा लिखदा मैं बायोडाटा क्योंकि मैनू कोई इंटरस्ट नहीं पर जो मैं देख रहा मैनू लोग कहंदे यार की फायदा वकील बनन दा तुसी रिटायर हो गए तुसी नहीं कर सकते होर कौन करूगा फिर मैनू बीड़ा चुकना पिया दूजी गल मैं इतने डिस्ट्रिक्ट अटॉर्नी 19 साल रहा लुधियाने च इतो 7 MLA बनते हैं जिन्हें जोड़ा हरीश ढांडा है ये मेरे नावल कौरव सभा का मुख्य नायक है जी ठीक है दोस्त है मेरा जी वो चीफ पार्लीमेंटरी सैकटरी रहा जो मैं 5 मिनट लेंदा ये लेना हों पर नहीं कोई पुरस्कार की झाक नहीं जी ये कहेंदे ने लोग हूँ भी तुसी पटीशन दे विच अपना क्लेम किया है वो एक तो कानूनी जरूरी है जे हुण मैं करा ही ना तो फिर अगला कहिंदा तू की करना है और सानू अपना राइट क्लेम करना पैंदा है वो ये है जो फिर एक कंपैरेटिव करना पैंदा है भी मैं उन्हां नूं वड्डा तां ही मैनू मेरा केस कंसीडर हूँ कोर्ट च कोर्ट की गल करदा हुण मैं ये जो इन हजारा एलीगेशन लगन लगे मैं फिर एक दूजा जवाब देना हूँ शुरू किया हो भाई मैनू ये दसो भी मैं फिर एलीजीबल नहीं चलो मान लो भी मैं पुरस्कार लैन लिये लड़ रहा मैं कानूनी कार्रवाई कर रहा मैं कोई स्टेन गन तो फड़ी नहीं मैं किसी नूं मारिया नहीं मैं तो कानूनी कार्रवाई वो हक है मेरा मैनू दसो भी मैं एलीजीबल नहीं नहीं चलो ये तुसी अपना अपनी फील्ड का काम कर रहे हो सारे लिए अवार्ड है ते वैसे वैसे चलो एक सह सुभा एक गल हुंदी है तुसी इन्नी मेहनत कीती है तुहाडा सच्ची दिल नहीं करदा अवार्ड लैण नूं फिर नहीं करदा कि नहीं करदा 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 क्यों नहीं किदा नहीं करदा इसलिए नहीं भी 5 लाख होना है 10 लाख होना है अच्छे तो लोग लड़ी जाते ने यह कह रहे ने वार्ड वाले मैं मर गया मेरिया किडनिया खराब हो गई मेरा मेरा जवाक ब्याहन वाला है यह जे कह के मैनू भी कहते ने मैं कहना वार्ड तुसी ग्रांट लो ना सरकार तो 10 लाख की 50 लाख की लो इहदा वार्ड है
जे तुसी उम्र दे हिसाब नाल देने हुंदे फिर तां उहनूं अपने बटालवी नूं कदे मिलना ही नहीं सी, उहदा 24 साल दी उम्र चल गया। ਇਹ ਨਹੀਂ ਹੁੰਦਾ, ਪੁਰਸਕਾਰ ਮੈਰਿਟ 'ਤੇ ਮਿਲਣੇ ਚਾਹੀਦੇ ਆ, ਉਮਰਾਂ ਦੇ ਹਿਸਾਬ ਨਾਲ, ਗਰੀਬੀ ਦੇ ਹਿਸਾਬ ਨਾਲ ਇਹ ਫੈਸਲੇ ਨਹੀਂ ਹੋਣੇ ਚਾਹੀਦੇ, ਨਾ ਕਿਤਾਬਾਂ ਦੀ ਗਿਣਤੀ 'ਤੇ ਹੋਣੇ ਚਾਹੀਦੇ ਆ। ਕਈ ਕਹਿੰਦੇ 60 ਕਿਤਾਬਾਂ ਲਿਖੀਆਂ, 9 ਤਾਂ ਲੈ ਦਿਓ। ਮੈਂ ਕਹਿੰਦਾ ਹੁਣ ਆਪਾਂ ਚੱਲਦੇ ਹਾਂ ਯੂਨੀਵਰਸਿਟੀ ਦੇ ਪੰਜਾਬੀ ਡਿਪਾਰਟਮੈਂਟ ਦੇ ਬਾਹਰ ਖੜਾਂਗੇ, ਤੁਸੀਂ ਪੁੱਛਿਓ ਉਸ ਲੇਖਕ ਨੂੰ, ਕਿਸੇ 10 ਸਟੂਡੈਂਟ ਨੂੰ ਬੁਲਾਵਾਂਗੇ, ਨਾਵਲ ਪੜ੍ਹਿਆ ਕੋਈ, 40 ਨਾਵਲਾਂ ਦਾ ਕੀ ਮਤਲਬ ਹੋਇਆ ਜੇ ਤੁਹਾਡੀ ਪਾਪੂਲੈਰਿਟੀ ਹੈ ਨਹੀਂ। ਇਸ ਕਰਕੇ ਇਹ ਮਾਪਦੰਡ ਨੇ ਜਿਹੜੇ ਇਹ ਕਹਿੰਦੇ ਹੁੰਦੇ ਨੇ, ਲਾਉਣੇ ਹੀ ਐਲੀਗੇਸ਼ਨ। ਫੇਰ ਜੇ ਤੁਹਾਡੇ 'ਚ ਇੰਨਾ ਦਮ ਹੈ, 150 ਬੰਦਾ ਹੈ, ਮੈਂ ਕਹਿੰਦਾ ਉਹਨਾਂ ਮਹਾਭਾਰਤ ਜਿਵੇਂ ਅਭਿਮਨਿਊ ਲੜਿਆ ਸੀ ਨਾ ਇਕੱਲਾ, ਸਾਰੇ ਮਹਾਰਥੀ ਖੜੇ ਸੀ, ਇੱਥੇ ਮੈਂ ਇਕੱਲਾ ਲੜ ਰਿਹਾ, ਸਾਰੇ ਮਹਾਰਥੀ, ਜੇ 150 ਬੰਦਾ ਆਉਂਦਾ, 42 ਦੇਣ ਵਾਲੇ ਹੈ, 108 ਲੈਣ ਵਾਲੇ ਹੈ। ਮੈਂ ਕਹਿੰਦਾ ਵੀ ਲਿਖੋ ਯਾਰ, ਤੁਸੀਂ ਇਹਦਾ ਵਿਰੋਧ ਤਾਂ ਕਰਕੇ ਦਿਓ ਮੈਨੂੰ, ਮੈਨੂੰ ਵੀ ਪਤਾ ਲੱਗੇ ਮੈਂ ਕਿੱਥੇ ਗਲਤ ਹਾਂ। ਕਿਸੇ ਦੀ ਜ਼ਰੂਰਤ ਨਹੀਂ ਅੱਜ ਕੱਲ੍ਹ ਅੱਜ ਤੱਕ ਪਈ, ਜਿਹਦੇ ਸੰਪਾਦਕ ਨੇ, ਜਿਹਦੇ 22 ਚਾਂਸਲਰ ਨੇ, ਜਿਹਦੇ DGP ਨੇ, ਜਿਹਦੇ 'ਚ ਕਹਿੰਦੇ ਅਸੀਂ 40-40 ਕਿਤਾਬਾਂ ਲਿਖਤੀਆਂ, ਵੀ ਇੱਕ ਲੇਖ ਤਾਂ ਲਿਖ ਦਿਓ ਵੀ ਇਹ ਭਾਈ ਮਿੱਤਰ ਸੈਨ ਮੀਤ ਨੇ ਇੱਥੇ ਗਲਤ ਕੀਤਾ, ਫਿਰ ਮੈਂ ਸਹੀ ਹਾਂ ਗਲਤ ਹਾਂ, ਇਹ ਹੈ ਸਾਡਾ ਪੱਖ। ਕਈ ਕਹਿੰਦੇ ਤਾਂ ਕਈ ਕਹਿੰਦੇ ਰਹਿਣਾ, ਹਾਥੀ ਨੇ ਤੁਰਦੇ ਰਹਿਣਾ ਹੁੰਦਾ, ਮਗਰ ਲੈਣੇ ਭੌਂਕਦੇ ਰਹਿਣਾ ਹੁੰਦਾ, ਸਾਨੂੰ ਕੋਈ ਫਰਕ ਨਹੀਂ। ਇਹ ਹੁਣ ਤੁਹਾਡੇ ਵਾਲਾ ਜਿਹੜਾ ਅੰਦਰ ਵਾਲਾ ਵਕੀਲ ਵਾਲਾ ਉਹ ਜਾ ਗਿਆ। ਮਤਲਬ ਤੁਹਾਡੇ ਕਹਿਣ ਦਾ ਇਹ ਹੈਗਾ ਵੀ ਜਿਹੜਾ ਤੁਸੀਂ ਇਹ ਗਦਰ ਨਾਂ ਦਿੱਤਾ, ਇਹਦੇ 'ਚ ਤੁਸੀਂ ਜਿਹੜੇ ਗਦਰ ਦੇ ਗਦਰ ਬਚਾਇਆ ਸੀ, ਅਸੀਂ ਗਦਰ ਮਚਾਇਆ, ਗਦਰ ਲਹਿਰ ਸੀ ਜਿਹੜੀ ਆਜ਼ਾਦੀ ਲਈ ਲੜ ਰਹੀ ਸੀ, ਇਹ ਸਾਡਾ ਗਦਰ ਹੈ ਪੰਜਾਬੀ ਭਾਸ਼ਾ ਸਾਹਿਤ ਅਤੇ ਸੱਭਿਆਚਾਰ ਨੂੰ ਬਚਾਉਣ ਲਈ ਜੀ, ਉਹੀ ਗਦਰ ਅਸੀਂ ਮਚਾ ਰਹੇ ਹਾਂ ਉੱਦਾਂ ਹੀ। ਠੀਕ ਹੈ, ਕੋਈ ਨਹੀਂ ਬੋਲਦਾ ਜੀ, ਪਿੱਠ ਪਿੱਛੇ ਬੋਲਦੇ ਨੇ, ਸਾਹਮਣੇ ਕੋਈ ਗੱਲ ਕਰੇ ਜੀ, ਲੇਖ ਲਿਖਣ ਕੁਛ ਵੀ ਕਰਨ ਜੀ ਕਰਨ। ਅਤੇ ਹੁਣ ਇਸ ਸਥਿਤੀ ਦੇ ਵਿੱਚ ਜੋ, ਕਿਉਂਕਿ ਬਹੁਤ ਜ਼ਿਆਦਾ ਆਪਾਂ ਕਾਨੂੰਨੀ ਜਾਂ ਤਕਨੀਕੀ ਗੱਲ ਨਹੀਂ ਵੀ ਕਰ ਸਕਦੇ, ਕਿਉਂਕਿ ਮਾਮਲਾ ਅਦਾਲਤ 'ਚ ਹੈ, ਸਤਿਕਾਰਯੋਗ ਅਦਾਲਤ ਦੇ ਜੋ ਫੈਸਲੇ ਹੋਣਗੇ ਉਹ ਅਸੀਂ ਸਾਰੇ ਉਹਨਾਂ ਨੂੰ ਮੰਨਦੇ ਹਾਂ, ਅਤੇ ਹੁਣ ਕੀ ਇਹਦਾ ਫਿਊਚਰ ਕੀ ਹੈ ਇਸ ਕੇਸ ਦਾ, ਤੁਹਾਨੂੰ ਕੀ ਲੱਗਦਾ, ਕੀ ਉਮੀਦ ਹੈ ਤੁਹਾਡੀ? ਦੇਖੋ, ਜਿਹੜੀ ਤਾਂ ਅਦਾਲਤ ਨੇ ਜਿਹੜਾ ਕਰਿਆ ਉਹ ਟੈਕਨੀਕਲ ਗਰਾਊਂਡ ਨੇ ਜੀ, ਠੀਕ ਹੈ, ਚਲੋ ਮੰਨ ਲਓ ਵੀ ਅਦਾਲਤ ਕਹਿੰਦੀ ਹੈ ਜਿਵੇਂ ਵੀ ਪਟਿਆਲੇ ਕਰਨਾ ਸੀ, ਅਸੀਂ ਪਟਿਆਲੇ ਕਰ ਦਾਂਗੇ, ਠੀਕ ਹੈ, ਠੀਕ ਹੈ ਨਹੀਂ। ਮਸਲਾ ਤਾਂ ਇਹ ਹੈ ਵੀ ਜਿਹੜਾ ਅਸੀਂ ਵਿੱਚ ਪਟੀਸ਼ਨ ਦੇ 29 ਨੁਕਤੇ ਉਠਾਏ ਹੈ, ਉਹਨਾਂ ਨੁਕਤਿਆਂ ਦੇ ਤਾਂ ਹਾਲੇ ਕੋਈ ਫਾਈਂਡਿੰਗ ਨਹੀਂ ਨਾ ਆਈ, ਜਿੰਨਾ ਚਿਰ ਉਹ ਕੋਈ ਫੈਸਲਾ ਨਹੀਂ ਆਉਂਦਾ ਉਨਾ ਚਿਰ ਕਿਵੇਂ ਕਹਿ ਸਕਦੇ ਆ ਵੀ ਪੁਰਸਕਾਰ ਸਹੀ ਦਿੱਤੇ ਹੈ। ਇਸ ਕਰਕੇ ਜੇ ਕੋਈ ਪੰਗਾ ਲਊ ਸਰਕਾਰ ਤਾਂ ਉਹ ਆਪਣੇ ਰਿਸਕ ਤੇ ਅਧਿਕਾਰੀ ਲੈਣਗੇ, ਸਰਕਾਰ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਇਹ ਹੈ। ਦੂਜੀ ਗੱਲ ਇਹ ਹੈ ਵੀ ਇਹ ਕੇਸ ਦਾ ਵੀ ਲੋਕਾਂ ਨੂੰ ਇਹ ਲੱਗਦਾ ਵੀ ਫੈਸਲਾ ਹੀ ਹੋ ਗਿਆ ਫਾਈਨਲ, ਇਹਦਾ ਇੱਕ ਸਟੇਜ ਜਿਹੜੀ ਐਪਲੀਕੇਸ਼ਨ ਸੀ ਉਹ ਡਿਸਾਈਡ ਹੋਈ ਹੈ, ਉਹਦਾ ਹਾਲੇ 20 ਸਾਡੇ ਕੋਲ ਰਾਹ ਨੇ, ਪਹਿਲਾਂ ਸੈਸ਼ਨ ਜੱਜ ਦੀ ਅਪੀਲ ਹੈ, ਫਿਰ ਹਾਈ ਕੋਰਟ ਹੈ, ਸੁਪਰੀਮ ਕੋਰਟ ਹੈ, ਜਿੱਥੇ ਵੀ ਤੱਕ ਜਾਣਾ ਹੋਇਆ ਦੋਸਤਾਂ ਮਿੱਤਰਾਂ ਨੇ ਸਲਾਹ ਦਿੱਤੀ ਅਸੀਂ ਜਾਵਾਂਗੇ। ਮਤਲਬ ਤੁਸੀਂ ਤਿਆਰ ਹੋ? ਅਸੀਂ ਤਿਆਰ ਹਾਂ, ਫਿਰ ਲੜਾਈ ਤਾਂ ਵਿਚਾਲੇ ਥੋੜ੍ਹੀ ਛੱਡਣੀ ਹੁੰਦੀ ਹੈ। ਦੂਜੀ ਗੱਲ, ਠੀਕ ਹੈ ਨਾ, ਜਿਹੜੀ ਅਸਲੀ ਹੈ ਮੁੱਦੇ ਉਹਦੇ ਤਾਂ ਹਾਲੇ ਕੋਈ ਫਾਈਂਡਿੰਗ ਆਈ ਨਹੀਂ। ਦੂਜਾ, ਸਾਨੂੰ ਤਰੀਕ ਮਿਲੀ ਅੱਗੇ, ਇਹ ਚੱਲ ਪਿਆ, ਦੂਜਾ ਮੈਰਿਟ ਦੇ ਵਾਲਾ ਕੇਸ ਚੱਲ ਪਿਆ, ਉਹਦੀ ਅਗਲੀ ਤਰੀਕ 10 ਜਿਵੇਂ ਮੈਂ ਪਹਿਲਾਂ ਦੱਸਿਆ 17 ਅਕਤੂਬਰ ਹੈ, ਉਦੋਂ ਅਸੀਂ ਗਵਾਹੀਆਂ ਲਿਆਵਾਂਗੇ, ਅਸੀਂ ਤਾਂ ਜਿਹੜੀ ਲੜਾਈ ਲੜਨੀ ਆ ਹੁਣ ਸ਼ੁਰੂ ਹੋਈ ਹੈ, ਅਸੀਂ ਸਾਰਿਆਂ ਨੂੰ ਬੁਲਾਉਣਾ, ਸਲਾਹਕਾਰ ਬੋਰਡ ਦੇ ਮੈਂਬਰਾਂ ਨੂੰ, ਚਾਹੇ ਸਾਡਾ 5 ਲੱਖ ਰੁਪਇਆ ਖਰਚਾ ਹੋ ਜੇ ਵੀ ਆਓ ਜੀ, ਇਕੱਲੇ ਇਕੱਲੇ ਆਹ ਪਾਤਰ ਸਾਹਿਬ ਵੀ ਆਓ ਜੀ, ਜਿਹੜਾ ਦੀਪਕ ਮਨਮੋਹਨ ਸਿੰਘ ਜੀ ਤੁਸੀਂ ਵੀ ਆਓ ਜੀ, ਦਰਸ਼ਨ ਬੁੱਟਰ ਜੀ ਵੀ ਆਓ, ਸਾਰੇ ਆ ਕੇ ਸਾਨੂੰ ਦੱਸੋ ਵੀ ਤੁਸੀਂ 3 ਘੰਟਿਆਂ ਦੀ ਮੀਟਿੰਗ 'ਚ 600 ਨਾਂ ਭਾਸ਼ਾ ਵਿਭਾਗ ਨੇ ਤੁਹਾਨੂੰ ਦਿੱਤੇ, ਤੁਸੀਂ ਉਹ ਕਿਵੇਂ ਡਿਸਾਈਡ ਕੀਤੇ? ਜਿਹੜੀ ਇੱਕ ਸਕਰੀਨਿੰਗ ਕਮੇਟੀ ਬਣਾਈ ਹੈ ਇਹਨਾਂ ਨੇ, ਉਹਦੇ ਕੋਲ 600 ਨਾਂ ਭਾਸ਼ਾ ਵਿਭਾਗ ਨੇ ਦਿੱਤੇ, ਉਹ 600 ਚੋਂ ਇਹਨਾਂ ਨੇ 300 ਪੈਨਲਾਂ 'ਚ ਪਾਲੇ, 300 ਰਿਜੈਕਟ ਕਰਤੇ। ਇਹ ਕੋਈ ਸੰਭਵ ਹੈ ਹਿਊਮਨਿਕਲੀ ਵੀ 600 ਨਾਂ ਵੱਡੇ ਵੱਡੇ ਪੁਰਸਕਾਰਾਂ ਲਈ? ਚਲੋ ਪੈਸੇ ਨੂੰ ਵੀ ਛੱਡੀਏ, ਆਫਟਰ ਆਲ ਜਿਹਨੂੰ ਸ਼੍ਰੋਮਣੀ ਪੰਜਾਬੀ ਸਾਹਿਤਕਾਰ, ਸ਼੍ਰੋਮਣੀ ਗਾਇਕ ਕਹਿਣਾ ਜਾਣਾ ਪੰਜਾਬ ਸਰਕਾਰ ਦਾ, ਦਰਬਾਰੀ ਮੈਂ ਤਾਂ ਕਹੂੰਗਾ ਇਹ ਦਰਬਾਰੀ ਬੰਦਾ ਹੈ, ਉਹ ਮਿਲਣਾ ਕਿਤਾਬ ਤੇ ਉਹਦੇ ਲਈ ਕੋਈ ਅਸੈਸਮੈਂਟ ਪੁੱਛਾਂਗੇ, ਬੁੱਟਰ ਸਾਹਿਬ ਨੂੰ ਪੁੱਛਾਂਗੇ ਜਿਹੜੇ ਉਹਨੇ ਮੈਂਬਰ ਸੀ, ਵੀ ਤੁਸੀਂ 600 ਨਾਂ ਚੋਂ 300 ਨਾਂ ਕਿਵੇਂ ਕੱਢੇ 3 ਘੰਟੇ 'ਚ, ਕਿੰਨਾ ਆਇਆ? ਇੱਕ ਮਿੰਟ 'ਚ 5 ਨਾਂ, ਫਿਰ ਜਿਹੜੇ ਰੱਦ ਕੀਤੇ ਉਹ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ, ਕਿਰਪਾਲ ਸਿੰਘ ਬਡੂੰਗਰ ਜਿਹੜੇ ਅਕਾਲ ਤਖ਼ਤ ਦੇ ਜਥੇਦਾਰ ਰਹੇ ਨੇ, ਠੀਕ ਹੈ, ਫਿਰ ਸਰਦਾਰਾ ਸਿੰਘ ਜੌਹਲ, ਫਿਰ ਸਰਤਾਜ ਗਾਇਕ, ਰਾਣਾ ਰਣਵੀਰ, ਰਾਣੀ ਬਲਵੀਰ,
ਜਿਹੜੇ ਦੁਨੀਆ ਜਾਣਦੀ ਹੈ ਜਿਨ੍ਹਾਂ ਨੂੰ ਜਿਹੜੇ ਉਹਨਾਂ ਨੂੰ ਛੱਡ ਕੇ ਕਈ ਬਹੁਤ ਹੀ ਉਦਾਂ ਦੇ ਪੱਧਰ ਦੇ ਉਹਨਾਂ ਦੇ ਪੱਧਰ ਦੇ ਨਹੀਂ ਉਹਨਾਂ ਨੂੰ ਪੁਰਸਕਾਰ ਦਿੱਤੇ ਹੈ ਅਸੀਂ ਪੁੱਛਾਂਗੇ ਸਾਨੂੰ ਇੱਕ ਸਲਾਹਕਾਰ ਬੋਰਡ ਦੇ ਮੈਂਬਰ ਨੇ ਇੱਕ ਇੰਟਰਵਿਊ 'ਚ ਕਿਹਾ ਵੀ ਕਈ ਨਾਂ ਜਿਹੜੇ ਹੈਗੇ ਆ ਉਹਨਾਂ 'ਚ ਸੋਚਣ ਦੀ ਲੋੜ ਨਹੀਂ ਹੁੰਦੀ ਗੱਲ ਮੰਨ ਠੀਕ ਹੈ ਮੰਨ ਲਿਆ ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਵੀ ਰੱਦ ਕਰਨ ਵੇਲੇ ਕਿਉਂ ਨਹੀਂ ਸੋਚਿਆ ਫਿਰ ਮਨਜ਼ੂਰ ਕਰਨ ਵੇਲੇ ਤਾਂ ਸੋਚ ਲਿਆ ਰੱਦ ਕੀਤੇ ਆ ਜਿਹੜੇ ਸਰਦਾਰਾ ਸਿੰਘ ਜੌਹਲ ਕਿਰਪਾਲ ਸਿੰਘ ਬਡੂੰਗਰ ਸਰਤਾਜ ਅੱਜ ਕੱਲ੍ਹ ਮੇਰਾ ਕੋਈ ਮਿੱਤਰ ਨਹੀਂ ਮੈਂ ਨਹੀਂ ਜਾਣਦਾ ਉਹਨਾਂ ਨੂੰ ਉਹਦੀ ਗਾਇਕੀ ਸਾਫ਼ ਸੁਥਰੀ ਔਰ ਵਰਲਡ ਲੈਵਲ 'ਤੇ ਜਾਣੀ ਪਛਾਣੀ ਉਹ ਕਿਵੇਂ ਰੱਦ ਹੋ ਗਿਆ ਜੀ ਰਾਣਾ ਰਣਵੀਰ ਐਡਾ ਵੱਡਾ ਕਮੇਡੀਅਨ ਹੈ ਐਡਾ ਵੱਡਾ ਐਕਟਰ ਹੈ ਉਹ ਕਿਵੇਂ ਰੱਦ ਕਰਤਾ ਉਹ ਰੱਦ ਕਰਨ 'ਚ ਨਹੀਂ ਤੁਹਾਨੂੰ ਸ਼ਰਮ ਆਈ ਅੱਧੇ ਕੁ ਮਿੰਟ 'ਚ ਕਰਤਾ ਉੱਥੇ ਫਿਰ ਚੁੱਪ ਸਾਡੇ ਤਾਂ ਇਹ ਟੈਕਨੀਕਲ ਸਵਾਲ ਹੈ ਪੁੱਛਾਂਗੇ ਹੁਣ ਕੇਸ ਤਾਂ ਹੁਣ ਸਿਰ ਸਟਾਰਟ ਹੋਇਆ ਇਕੱਲੇ ਇਕੱਲੇ ਨੂੰ ਬੁਲਾਉਣਾ ਸੀ ਵੀ ਰਿਕਾਰਡ ਲੈ ਕੇ ਆਓ ਦੱਸੋ ਵੈਸੇ ਤੁਸੀਂ ਜਿਸ ਤਰ੍ਹਾਂ ਗੱਲ ਕਰ ਰਹੇ ਹੋ ਮੈਨੂੰ ਲੱਗਦਾ ਨਹੀਂ ਮੈਨੂੰ ਉਹ ਸਵਾਲ ਪੁੱਛਣਾ ਚਾਹੀਦਾ ਨਹੀਂ ਨਹੀਂ ਜੋ ਮਰਜ਼ੀ ਪਰ ਤੁਸੀਂ ਜਿੱਦਾਂ ਕਿਹਾ ਵੀ ਤੁਸੀਂ ਇਕੱਲੇ ਸਾਹਮਣੇ 150 ਅਤੇ ਉਹਨਾਂ ਦੀਆਂ ਆਪਣੀਆਂ ਬਹੁਤ ਹੈ ਤੁਹਾਨੂੰ ਸੱਚੀ ਡਰ ਨਹੀਂ ਲੱਗਦਾ ਨਹੀਂ ਡਰ ਕਾਹਦਾ ਡਰ ਕਿਸ ਚੀਜ਼ ਦਾ ਜੇ ਦੇਖੋ ਚਲੋ ਹੁਣ ਆਪਾਂ ਪ੍ਰੋਫੈਸ਼ਨ ਹੀ ਲਾਈਏ ਸਾਰਾ ਅੱਤਵਾਦ ਅਸੀਂ ਐਜ ਏ ਸਰਕਾਰੀ ਵਕੀਲ ਲੜਿਆ ਮੈਂ 79 'ਚ ਭਰਤੀ ਹੋਇਆ ਸੀਗਾ ਸਰਕਾਰੀ ਵਕੀਲ ਉਹ ਤਾਂ ਹਾਲੇ ਸ਼ੁਰੂ ਨਹੀਂ ਹੋਇਆ ਠੀਕ ਹੈ ਅਤੇ 2011 'ਚ ਜਦੋਂ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ ਉਦੋਂ ਅਸੀਂ ਸਾਰੇ ਵੱਡੇ ਵੱਡੇ ਜਗਰਾਓਂ ਰਿਹਾ ਮੈਂ ਉੱਧਰ ਰਿਹਾ ਉਹ ਸਾਰੇ ਵੱਡੇ ਵੱਡੇ ਜਿਹੜੇ ਉਦੋਂ ਦੇ ਜੁਝਾਰੂ ਲੋਕ ਸੀਗੇ ਹੁਣ ਉਹਨਾਂ ਨੂੰ ਕੁਛ ਕਹਿ ਲਓ ਉਹਨਾਂ ਦੇ ਅਸੀਂ ਪੁਲਿਸ ਰਿਮਾਂਡ ਲੈ ਰਹੇ ਨੇ ਉਹਨਾਂ ਨੂੰ ਸਜਾਵਾਂ ਕਰਾਉਂਦੇ ਰਹੇ ਹਾਂ ਉਦੋਂ ਨਹੀਂ ਡਰੇ ਭਾਈ ਜਦੋਂ ਕਦੇ ਵੀ ਗੋਲੀ ਕੜਕ ਕੜਕ ਮਿੰਟ ਲੱਗਣੀ ਸੀ ਇਹਦਾ ਹੈ ਹੀ ਕੌਣ ਬੋਲਦਾ ਤਾਂ ਹੈ ਨਹੀਂ ਕੋਈ ਕੋਈ ਬੋਲੇ ਤਾਂ ਸਹੀ ਪੱਖ ਤਾਂ ਰੱਖੇ ਮੇਰੀ ਡਿਬੇਟ ਤਾਂ ਕਰਾ ਲਓ ਮੈਂ ਕਹਿੰਦਾ ਮੇਰੀ ਕਿਤੇ ਕਿਸੇ ਪਲੇਟਫਾਰਮ 'ਤੇ ਗੱਲ ਕਰਾ ਲਓ ਕੋਈ ਕਰਾਉਂਦੇ ਨਹੀਂ ਜਦੋਂ ਨਵੀਂ ਚੰਨੀ ਸਰਕਾਰ ਬਣੀ ਉਹਨਾਂ ਨੂੰ ਇਹਨਾਂ ਨੇ ਕਿਹਾ ਜਾ ਕੇ ਪੰਮੀ ਬਾਈ ਵਗੈਰਾ ਹੋਰ ਜਿਹੜੇ ਵੀ ਇਹਨਾਂ ਨੂੰ ਪੁਰਸਕਾਰ ਦੇ ਦਿਓ ਉਹਨਾਂ ਨੇ ਕਿਹਾ ਭਾਸ਼ਾ ਵਿਭਾਗ ਨੂੰ ਵੀ ਤੁਸੀਂ ਦੱਸੋ ਕਿਵੇਂ ਆ ਉਹਨਾਂ ਨੇ ਕਿਹਾ ਜੀ ਹਰੀਸ਼ ਢਾਂਡਾ ਵਕੀਲ ਹੈ ਉਹਨਾਂ ਨੇ ਪ੍ਰਗਟ ਸਿੰਘ ਤੇ ਉਹ ਮਿੱਤਰ ਨੇ ਉਹਨਾਂ ਨੇ ਢਾਂਡਾ ਸਾਹਿਬ ਨੂੰ ਫੋਨ ਕੀਤਾ ਵੀ ਤੁਸੀਂ ਆਹ ਕੇਸ ਦੀ ਉਹ ਕਹਿੰਦਾ ਮੈਨੂੰ ਨਹੀਂ ਪਤਾ ਜਿਹੜਾ ਮਿੱਤਰ ਸੈਨ ਮੀਤ ਨੂੰ ਤੁਸੀਂ ਵੀ ਜਾਣਦੇ ਹੋ ਉਹਦਾ ਕੀਤਾ ਹੋਇਆ ਮੈਂ ਤਾਂ ਮਾੜਾ ਮੋਟਾ ਹੀ ਜਾਣਦਾ ਪਤਾ ਵੀ ਨਹੀਂ ਉਹਨਾਂ ਨੂੰ ਕੇਸ ਤਾਂ ਸਾਰਾ ਮੈਂ ਹੀ ਮਤਲਬ ਤਿਆਰ ਕਰਾਇਆ ਹੋਇਆ ਉਹ ਠੀਕ ਹੈ ਹੁਣ ਉਹਨਾਂ ਨੇ ਪੜ੍ਹ ਲਿਆ ਅਤੇ ਉਹ ਕਹਿੰਦੇ ਉਹਨਾਂ ਨੂੰ ਭੇਜਦੇ ਨੇ ਕਹਿੰਦੇ ਉਹਨਾਂ ਨੂੰ ਭੇਜ ਦਿਓ ਅਸੀਂ 5 ਜਾਣੇ ਗਏ ਸਾਡੀ ਸਲਾਹਕਾਰ ਜਿਹੜੇ ਸਾਡੇ ਉਹ ਭਾਸ਼ਾ ਵਿਭਾਗ ਸਾਡੇ ਭਾਈਚਾਰੇ ਦੇ ਜਿਹੜੇ ਮੈਂਬਰ ਹੈ ਉਹਨਾਂ ਨੇ ਪ੍ਰਗਟ ਸਿੰਘ ਨੇ ਸਾਫ਼ ਹੀ ਕਿਹਾ ਵੀ ਤੁਸੀਂ ਅੱਗੇ ਅਗਲੇ ਸੋਚ ਲਓ ਤੁਹਾਡਾ ਹੱਕ ਬਣਦਾ ਅਸੀਂ ਅੱਗੇ ਦੇ ਦਿੰਦੇ ਹਾਂ 21 ਵਾਲੇ 22 ਵਾਲੇ ਅਸੀਂ ਕਿਹਾ ਇਹ ਨਹੀਂ ਸਾਡੀ ਲੜਾਈ ਇਹ ਨਹੀਂ ਫਿਰ ਉਹ ਕਹਿੰਦੇ ਚਲੋ ਕ੍ਰਿਸ਼ਨ ਕੁਮਾਰ ਹੋਰਾਂ ਨੂੰ ਸਮਝਾਇਓ ਅਸੀਂ ਕ੍ਰਿਸ਼ਨ ਕੁਮਾਰ ਨੂੰ ਗੱਲ ਕਹੀ ਅਸੀਂ ਕਿਹਾ ਵੀ ਸਾਡਾ ਤਾਂ ਅਸਲੀ ਇਤਰਾਜ਼ ਤਾਂ 10 ਕੁ ਬੰਦਿਆਂ 'ਤੇ ਹੈ ਉਹਨੇ ਡਾਇਰੈਕਟਰ ਭਾਸ਼ਾ ਵਿਭਾਗ ਪਹਿਲੀ ਜਿਹੜੀ ਛੱਡ ਗਈ ਉਹਨੇ ਰਿਟਾਇਰਮੈਂਟ ਲਈ ਸੀ ਇੱਕ ਪਹਿਲਾਂ ਹੀ ਇਸੇ ਕੇਸ ਨੇ ਉਹਨੂੰ ਰਿਟਾਇਰ ਕਰਾਇਆ ਸੀ ਕ੍ਰਿਸ਼ਨ ਕੁਮਾਰ ਨੂੰ ਕੋਲੇ ਅਸੀਂ ਇਕੱਲੀ ਇਕੱਲੀ ਗੱਲ ਰੱਖੀ ਉਹਨਾਂ ਨੇ ਸਾਨੂੰ ਕਿਹਾ ਵੀ 80% ਮੈਂ ਤੁਹਾਡੇ ਨਾਲ ਸਹਿਮਤ ਹਾਂ ਫਿਰ ਅਸੀਂ ਆਖਿਆ ਜੀ ਅਸੀਂ ਮਜ਼ਾਕ 'ਚ ਕਿਹਾ ਵੀ ਤੁਸੀਂ ਤਾਂ ਐਜੂਕੇਸ਼ਨ ਨੂੰ ਦੇਖਦੇ ਹੋ ਜਿਹੜਾ ਬੱਚਾ 80% ਲੈ ਗਿਆ ਮਾਰ ਉਹਦਾ ਫਿਰ ਫਸਟ ਡਿਵੀਜ਼ਨਰ ਹੋ ਗਿਆ ਫਿਰ ਤਾਂ ਅਸੀਂ ਜਿੱਤ ਗਏ ਕਹਿੰਦਾ ਹਾਂ ਉਹਨੂੰ ਡਾਇਰੈਕਟਰ ਨੂੰ ਪੁੱਛਦੇ ਸੀ ਕੋਈ ਜਵਾਬ ਨਹੀਂ ਸੀ ਉਹਦੇ ਕੋਲ ਫਿਰ ਅਸੀਂ ਕਿਹਾ ਵੀ ਸਾਨੂੰ ਆ 10-15 ਬੰਦਿਆਂ 'ਤੇ ਇਤਰਾਜ਼ ਹੈ ਤੁਸੀਂ ਇਹਦੀ ਰਿਵਿਊ ਕਮੇਟੀ ਬਣਾ ਲਓ ਅਸੀਂ ਪਹਿਲੇ ਦਿਨ ਬਿਆਨ ਦਿੰਦੇ ਹਾਂ ਤੁਸੀਂ ਪਹਿਲੇ ਦਿਨ ਅਦਾਲਤ 'ਚ ਬਿਆਨ ਦੇ ਦਿਓ ਵੀ ਅਸੀਂ ਰਿਵਿਊ ਕਮੇਟੀ ਬਣਾ ਤੀ ਆਹ ਮੈਂਬਰ ਹੈ ਅਸੀਂ ਉਸੇ ਦਿਨ ਬਿਆਨ ਦੇ ਦਾਂਗੇ ਵੀ ਆਹ ਬੰਦਿਆਂ ਨੂੰ ਚਾਹੇ ਤੁਸੀਂ ਪੁਰਸਕਾਰ ਦੇ ਦਿਓ 10 ਨੂੰ ਛੱਡ ਕੇ ਉਹ 10 ਦੇ ਉੱਤੇ 12 ਦੇ ਉੱਤੇ ਸਾਡੀ ਗੱਲ ਸੁਣ ਲਓ ਜੇ ਬਣਦੇ ਹੈ ਤਾਂ ਅਸੀਂ ਉਹਨਾਂ ਨੂੰ ਵੀ ਛੱਡ ਦਿਆਂਗੇ ਜੇ ਅਸੀਂ ਠੀਕ ਹੈ ਤਾਂ ਤੁਸੀਂ ਉਹਨਾਂ ਨੂੰ ਰੱਦ ਕਰ ਦਿਓ ਇਹ ਕਹਿੰਦੇ ਗੱਲ ਠੀਕ ਹੈ ਫਿਰ ਪਤਾ ਨਹੀਂ ਕੀ ਹੋਇਆ ਅੰਤਰਨ ਵਾਲੀ ਉਹ ਗੱਲ ਗਾਂਹ ਵਧੀ ਨਹੀਂ ਅਸੀਂ ਤਾਂ ਕਿਹਾ ਕ੍ਰਿਸ਼ਨ ਕੁਮਾਰ ਨੂੰ ਉੱਠਣ ਲੱਗੇ ਵੀ ਸਾਨੂੰ ਤੁਹਾਡੇ 'ਤੇ ਪੂਰਾ ਵਿਸ਼ਵਾਸ ਹੈ ਤੁਸੀਂ ਇਮਾਨਦਾਰ ਅਫਸਰ ਹੋ ਤੁਸੀਂ ਸਾਨੂੰ ਕਹਿ ਦਿਓ ਪੂਰਾ ਸਟੱਡੀ ਕਰ ਲਓ ਤੁਸੀਂ ਕਹਿ ਦਿਓ ਵਾਪਸ ਲੈ ਲਓ ਅਸੀਂ ਅੱਧਾ ਘੰਟਾ ਨਹੀਂ ਲਓ ਉਹਨੇ ਤਾਂ ਉਲਟਾ ਲਿਖਿਆ ਜਿਹੜਾ ਤੇਜਵੰਤ ਮਾਨ ਹੈ ਉਹਨੇ ਚੀਮਾ ਸਾਹਿਬ ਜਿਹੜੇ ਫਾਈਨਾਂਸ ਆਪਣੇ ਫਾਈਨਾਂਸ ਸੈਕਟਰੀ ਮੰਤਰੀ ਹੈ ਉਹਨਾਂ ਕੋਲ ਗਏ ਤੇਜਵੰਤ ਮਾਨ ਉਹ ਫੋਟੋ ਲੱਗੀ ਹੈ ਬਕਾਇਦਾ ਅਖਬਾਰ 'ਚ ਵੀ ਕ੍ਰਿਸ਼ਨ ਕੁਮਾਰ ਐਂਟੀ ਪੰਜਾਬੀ ਹੈ ਅਤੇ ਉਹਨੇ ਫਰਾਡ ਕੀਤਾ ਉਹ ਕਹਿੰਦਾ ਵੀ ਪੁਰਸਕਾਰਾਂ ਦੀ ਜਿਹੜੀ ਇਹ ਵੰਡ ਹੈ ਫਰੋਡ ਹੈ ਅਤੇ ਉਹਨੇ 6 ਕਰੋੜ ਰੁਪਈਆ ਵਾਪਸ ਕਰਤਾ ਇਹ ਖਬਰ ਲੱਗੀ ਅਸੀਂ ਉਹ ਰਿਕਾਰਡ ਮੰਗਾਂਗੇ ਹੁਣ ਵੀ ਲਿਆਓ ਜੀ ਉਹ ਫਰਾਡ ਵਾਲਾ ਕਿੱਥੇ ਹੈ ਔਰ ਉਹ ਸਹੀ ਗੱਲ ਹੋਣੀ ਹੈ ਕਿਉਂਕਿ ਇਹਦਾ ਵਾਰ ਵਾਰ ਮਿਲਦੇ ਨੇ ਤੇਜਵੰਤ ਮਾਨ ਵਗੈਰਾ ਤਾਂ ਜਗ੍ਹਾ ਜਗ੍ਹਾ ਠੀਕ ਹੈ ਹੁਣ ਵੀ ਫੋਨ ਕਰਦੇ ਫਿਰਦੇ ਆ ਵੀ ਅਸੀਂ ਸਟੇ ਵਕੇਟ ਕਰਾਤੀ ਉਹਨਾਂ ਨੂੰ ਪੁੱਛੇ ਵੀ ਤੁਸੀਂ ਕੌਣ ਹੋ ਇਹ ਕੰਟੈਂਪਟ ਆਫ ਕੋਰਟ ਹੈ ਜਿਹੜੇ ਤੁਸੀਂ ਮੈਸੇਜ ਦਿੰਦੇ ਹੋ ਮੇਰੇ ਕੋਲ ਵੀ ਆਉਂਦੇ ਹੈ
पर असी इस हद तक जाते नहीं। इट इज़ ए कंटेंप्ट ऑफ कोर्ट भी असी कह के सरकार तो फैसला करा लिया आपके हक च, असी इनाम भी दवावे। कहते हैं सलाहकार बोर्ड के मैंबर कि सानू पता है साढ़े को भी सारी गल आ, पर असी इतों तक जाते नहीं। लड़ो तो डंडे ना लड़ो, अपनी मैरिट से लड़ो, ठीक है। असी कह के आए से उन्होंने, हूँ भी तैयार हाँ। मैं बार बार ना ऑन रिकॉर्ड लैंने बलबीर परवाना है, सानू की तरह आ जाए जी। जगतार साडा पंजाब बरनाले का बजुर्ग पत्रकार जिन्हें जड़ लाई है पत्रकारी च, सानू की तरह आ जाए। सानू आ जिहड़ा हलबीर भंवर मर गए, असीं तां इन्हां दा अभिनंदन ग्रंथ छापिया, सानू की तरह सी इहदे ते, ठीक है ना। सुरिंदर कौर है ढाडी, जा सानू की तरह आ, मतलब इन्हां लोकां नूं मिल जाण, बिल्कुल मिल जाण। असीं तां कहिंदे दिन्ने आ बयान करा लो, पर आ तां साडी भी तां सुण लो ना, आ दसदा मैनूं दस दिओ भी तेजवंत मान साहब जी किवें 10 लाख दा पुरस्कार दे हकदार ने। आ सलाहकार बोर्ड टैक्नीकली ये नहीं कहता भी साहित्यकार माड़े आ, साहित्यकार बहुत वड्डे आ। ते जिहड़ा गुलजार सिंह संधू है, ते धनवंत कौर है, ते रवि रविंदर है, एक डॉक्टर वाली है हरजिंदर सिंह वालिया, जिन्हों पंजाबी पत्रकारी साहित्यक पत्रकारी का पुरस्कार दिता है, पंजाबी साहित्यक पत्रकारी। उस लिखा वै कि साहित्यक पत्रकारी पत्रकारी करता हो, साहित्यक मैगजीन का संपादक हो, जो बायोडाटा चार लाइनों का वो लिखा वै भी ये पंच ना मंच ना दे परचे के संपादक से, आप ही लिखे भाषा विभाग ने भी वह परचा 1979 तो 83 तक चलिया, 40 साल बंद हो गए जी, उन्होंने वह पुरस्कार देता। जो असी इस पक्ष लिया भी इनू किमें दिता, वह 40 साल का मैगजीन हो 3 साल चलिया, वह फेलर है जोड़ा मैगजीन बंद हो गया, तुम कबर चो कट के उन्होंने पुरस्कार दे रहे हो। कहते जी वो सोशल मीडिया से एक्टिव ने, सोशल मीडिया तो शर्त ही नहीं, शर्त है भी साहित्यक पत्रकारी। तुम कह रहे हो भी मंच के नाँ से दिता, मंच में 40 साल बंद हो, बैड पत्रकारी है। असी कह ये लिखा वै जिहड़ा मैगजीन बंद हो गया चलिया नहीं है साहब तो तुम उन्होंने पुरस्कार दे, साढ़े दस इन्हों के जवाब दे दो, सानू की है बाकी सानू की इतराज है। इस एक होर मैनू कानूनी आइडिया दे दौ भी तुसी, वैसे तो सिविल का केस है ये कि ये जे केस तुहाडे हक च जांदा तो यदा की नतीजा निकलता होंगे, पहले तो इन्ना क दस दौ, फिर अगला सवाल मैं जोड़ दूंगा। जे हक जाता तो रद्द हो गए पुरस्कार। अच्छा ਜਾਂ ਕੋਰਟ ਕੀ ਕਰਦੀ ਹੈ ਵੀ ਜਿਵੇਂ ਅਸੀਂ ਕਹਿ ਹੀ ਰਹੇ ਹਾਂ, ਠੀਕ ਹੈ, ਉਹ ਇਕੱਲੇ ਇਕੱਲੇ ਦਾ ਐਨਾਲਿਸਿਸ ਕਰੂਗੀ। ਵੈਸੇ ਤਾਂ ਇਹ ਕਾਨੂੰਨੀ ਨੁਕਤਾ ਹੈ ਵੀ ਜਦੋਂ ਰੂਲ ਹੀ ਨਹੀਂ ਤੁਹਾਡੇ ਕੋਲ, ਤੁਸੀਂ 100 ਸਾਇੰਸ ਮਾਸਟਰ ਭਰਤੀ ਕਰ ਲਿਆ, ਬਹੁਤ ਵੱਡੇ ਵੱਡੇ ਗੋਲਡ ਮੈਡਲਿਸਟ ਭਰਤੀ ਕਰ, ਜੋ ਰੂਲ ਹੀ ਨਹੀਂ ਭਰ, ਹੁਣ ਰੱਦ ਨਹੀਂ ਹੁੰਦੀਆਂ ਭਰਤੀਆਂ, ਇਹੀ ਰੱਦ ਹੁੰਦੀਆਂ, ਰੂਲ ਹੀ ਨਹੀਂ ਰੂਲ, ਫਿਰ ਸਿਲੈਕਸ਼ਨ ਦਾ ਕੋਈ ਪ੍ਰੋਸੈਸ ਨਹੀਂ। ਸਾਡਾ ਵੱਡਾ ਨੁਕਤਾ ਤਾਂ ਇਹ ਹੈ ਨਾ, ਫਿਰ ਜਿਹੜਾ ਜੇ ਹੈਗਾ ਵੀ ਤੁਸੀਂ ਮਾਈਂਡ ਅਪਲਾਈ ਨਹੀਂ ਕੀਤਾ, 600 ਬੰਦੇ ਦਾ ਤੁਸੀਂ ਰਿਜ਼ਲਟ 15 ਮਿੰਟ 'ਚ ਤਿਆਰ ਕਰ ਲਿਆ, ਫਿਰ ਜਿਹੜਾ ਸਲਾਹਕਾਰ ਬੋਰਡ ਹੈ ਫਾਈਨਲ, ਉਹਨਾਂ ਨੂੰ 300 ਨਾਂ ਦੇ ਪੈਨਲ ਦਿੱਤੇ ਗਏ ਮੀਟਿੰਗ ਦੇ ਟਾਈਮ 'ਤੇ, 12 ਵਜੇ ਮੀਟਿੰਗ ਸ਼ੁਰੂ ਹੁੰਦੀ, ਇਉਂ ਰਿਕਾਰਡ ਦੀਆਂ ਗੱਲਾਂ ਕਰਦਾ, 12 ਵਜੇ ਲਿਖ ਕੇ ਦਿੱਤਾ ਵੀ 12 ਵਜੇ ਸਲਾਹਕਾਰ ਬੋਰਡ ਦੀ ਮੀਟਿੰਗ ਹੋਈ, 1/2 ਘੰਟਾ ਫਾਰਮੈਲਿਟੀਆਂ ਹੁੰਦੀਆਂ, ਪਹਿਲਾਂ ਡਾਇਰੈਕਟਰ ਭਾਸ਼ਾ ਵਿਭਾਗ ਚਮਚੀ ਮਾਰਦਾ ਮੰਤਰੀ ਦੀ, ਫਿਰ ਮੰਤਰੀ ਮੈਂਬਰਾਂ ਦੀ ਚਮਚੀ ਮਾਰਦਾ ਆਪਾਂ ਨੂੰ ਪਤਾ, ਫਿਰ ਹੁੰਦਾ 300 ਮੈਂਬਰਾਂ ਦੇ ਨਾਂ 2 ਘੰਟਿਆਂ 'ਚ ਤੁਸੀਂ ਕਿਵੇਂ ਵਿਚਾਰ ਲਏ, ਕਿਵੇਂ ਸਿਲੈਕਟ ਕਰ ਲਏ, ਇਹ 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 ਗੱਲਾਂ ਕੋਰਟ ਸਮਝ ਸਕਦੀ ਹੈ, ਕਿਉਂਕਿ ਕੋਰਟ ਨੂੰ ਪਤਾ ਹੁੰਦਾ ਵੀ 5 ਮਿੰਟਾਂ 'ਚ ਤੁਸੀਂ ਕਿਵੇਂ। ਇਹ ਚਲੋ ਤੁਸੀਂ ਗੱਲ ਕਰ ਚੁੱਕੇ ਹੋ ਕਾਫੀ ਡਿਟੇਲ ਦੇ ਵਿੱਚ ਵੀ ਜਿਹੜਾ ਸਿਵਲ ਕੇਸ ਦਾ ਜਿਹੜਾ ਨਤੀਜਾ ਉਹ ਰੱਦ ਹੋ ਸਕਦੇ ਆ, ਰੱਦ ਹੋ ਸਕਦਾ, ਅਸੀਂ ਰੱਦ ਹੀ ਕਹਿੰਦੇ ਹਾਂ ਵੀ ਰੱਦ ਕਰੋ ਇਹ, ਅਤੇ ਉਸ ਤੋਂ ਅੱਗੇ ਉਹਦੇ ਲਈ ਇਹ ਫੈਸਲਾ ਹੋ ਸਕਦਾ ਵੀ ਜਿਹੜਾ ਤੁਸੀਂ ਮੰਗ ਕਰਦੇ ਹੋ ਪ੍ਰੋਸੀਜਰ ਸੈੱਟ ਕਰਨ ਦੀ, ਉਹ ਰੂਲ ਅਤੇ ਸਿਲੈਕਸ਼ਨ ਦੀ ਜਿਹੜੀ ਕੁਆਲੀਫਿਕੇਸ਼ਨ ਹੈ ਰੂਲ, ਉਹ ਕੋਰਟ ਇੰਸਟਰਕਟ ਕਰ ਸਕਦੀ, ਕੋਰਟ ਕਰੇ ਵੀ ਬੁਲਾਓ ਕੀ ਰੂਲ, ਫਿਰ ਕਰੋ। ਲੇਕਿਨ ਕੀ ਸਰ ਇਹਦੇ 'ਚ ਕਿਸੇ ਤਰ੍ਹਾਂ ਦਾ ਕੋਈ ਸਜ਼ਾ ਵਾਲਾ ਕੋਈ ਕੇਸ ਜਿਹਨੂੰ ਸੌਖੀ ਭਾਸ਼ਾ 'ਚ ਕਹਿੰਦੇ ਵੀ ਇੱਦਾਂ ਦਾ ਵੀ ਬਣਦਾ ਕਿ ਨਹੀਂ? ਦੇਖੋ ਉਹਦੇ 'ਚ ਤਾਂ ਇਹ ਹੈ ਵੀ ਸਾਡਾ ਜਿਹੜਾ ਇੱਕ ਲੇਖਕਾਂ ਸੀ ਬੇਸਿਕਲੀ, ਵਕੀਲ ਤਾਂ 2 ਨੰਬਰ 'ਤੇ ਆ ਜੀ, ਕਿਉਂਕਿ ਅਸੀਂ ਤਾਂ 10ਵੀਂ ਤੋਂ ਲਿਖਦੇ ਆਉਂਦੇ ਹਾਂ ਜੀ, ਸੋਚਿਆ ਵੀ ਨਹੀਂ ਸੀ ਵੀ ਵਕੀਲ ਬਣਾਂਗੇ, ਸਰਕਾਰੀ ਵਕੀਲ ਬਣਾਂਗੇ, ਤਾਂ ਬਿਲਕੁਲ ਦਿਮਾਗ 'ਚ ਨਹੀਂ ਸੀ। ਇਹ ਤਾਂ ਇਹੋ ਜਿਹੇ ਘਪਲੇ ਹੋ ਰਹੇ ਨੇ ਸਾਰੀਆਂ ਫਰੰਟਾਂ 'ਤੇ, ਪੰਜਾਬ ਕਲਾ ਪਰਿਸ਼ਦ ਦੇ ਲੈ ਲਓ, ਉੱਥੇ ਉਹਨਾਂ ਦੇ ਫੰਡ ਗਲਤ ਵਰਤੋਂ ਕਰਦੇ ਆ, ਭਾਸ਼ਾ ਵਿਭਾਗ ਦੇ ਅਧਿਕਾਰੀਆਂ ਨੇ ਜਦੋਂ ਪਿਛਲੀ ਵਾਰ 2021 'ਚ ਪੰਜਾਬੀ ਮਾਂ ਬਣਾਇਆ ਤਾਂ ਜਿਹੜੀਆਂ ਕਾਰਾਂ ਦਿਖਾਈਆਂ ਨੋਵਾ, ਉਹ ਹੈ ਮੋਟਰਸਾਈਕਲਾਂ ਦੇ ਨੰਬਰ ਹੈ, ਕਾਰ ਕਹਿੰਦੇ ਨੇ ਅਸੀਂ ਨੋਵਾ 'ਚ ਗਏ ਹਾਂ, ਉਹ ਜਿਹੜਾ ਰਜਿਸਟ੍ਰੇਸ਼ਨ ਨੰਬਰ ਹੈ ਮੋਟਰਸਾਈਕਲ ਦਾ, ਨਹੀਂ ਮੈਂ ਤੁਹਾਨੂੰ ਦੱਸਦਾ ਵੀ ਉਹ ਕੇਸ ਸਿੱਧਾ ਬਣਦਾ,
ਮੈਜਰਮੈਂਟ ਦਾ ਅਧਿਕਾਰੀਆਂ ਤੇ ਅੰਦਰ ਹੋ ਸਕਦੇ ਆ 409 ਦਾ ਪਰਚਾ ਬੰਦ ਹੈ ਪਰ ਅਸੀਂ ਨਹੀਂ ਜਾਂਦੇ ਉਸ ਹੱਦ ਤੱਕ ਸਾਡੇ ਕੋਲੇ ਨਬਜ਼ ਵੀ ਹੈ ਪਰ ਅਸੀਂ ਬਾਹ ਮਰੋੜਦੇ ਨਹੀਂ ਵੀ ਨਹੀਂ ਇੱਥੋਂ ਤੱਕ ਨਹੀਂ ਜਾਣਾ ਇਹਨਾਂ ਨੂੰ ਵਾਰਨਿੰਗ ਦੇਣੀ ਹੈ ਹੁਣ ਇਹ ਵਾਰ ਸਾਡੀ ਵਾਰਨਿੰਗ ਤੋਂ ਬਾਅਦ ਇਹ ਚੌਕਸ ਹੈ ਭਾਸ਼ਾ ਵਿਭਾਗ ਇਹਨਾਂ ਗੱਲਾਂ 'ਤੇ ਹੁਣ ਇਹੀ ਗੱਲ ਇਹਦੇ 'ਚ ਹੈ ਜੇ ਹੁਣ ਇੱਕੋ ਹੀ ਉਦਾਹਰਨ ਦਿੰਦਾ ਜਿਹੜੇ ਸਲਾਹਕਾਰ ਬੋਰਡ ਦੇ ਮੈਂਬਰ ਹੈ ਦੋ ਲੰਬੇ ਸਮੇਂ ਤੋਂ ਮੈਂਬਰ ਚਲੇ ਆ ਰਹੇ ਔਰ ਸਰਕਾਰ ਪਹਿਲਾਂ ਵੀ ਲੈ ਚੁੱਕੇ ਜੇ ਇਹਨਾਂ ਨੂੰ ਪਤਾ ਵੀ ਹੈ ਵੀ ਅਸੀਂ ਲੈ ਨਹੀਂ ਸਕਦੇ ਸੀ ਫਿਰ ਵੀ ਲੈ ਗਏ ਕਿਉਂਕਿ ਤੇਜਵੰਤ ਮਾਨ ਨੇ ਤਾਂ ਲਿਖ ਕੇ ਦਿੱਤਾ ਵੀ ਮੈਂ ਵਿਚਾਰਿਆ ਜਾਊ ਮੇਰਾ ਨਾਂ ਇਸ ਲਈ ਮੈਂ ਨਹੀਂ ਆਉਂਦਾ ਇਸ ਲਈ ਨਹੀਂ ਨਾ ਜਾਂਦਾ ਵੀ ਮੈਂ ਮੇਰਾ ਨਾਂ ਨਹੀਂ ਸੋਣਾ ਚਾਹੀਦਾ ਮੈਂ ਨਹੀਂ ਪਰ ਉਹ ਕਹਿੰਦੇ ਮੀਟਿੰਗ ਮੂਟਿੰਗ ਦਾ ਕੋਈ ਕੰਸਰਨ ਨਹੀਂ ਹੈ ਤੁਸੀਂ ਇਹ ਮੈਂਬਰ ਹੋ ਅਸਤੀਫੇ ਦਿਓ ਅਗਲੇ ਸਾਲ ਦੀ ਕਰੋ ਅਤੇ ਇਹਨੂੰ ਗੁਲਜ਼ਾਰ ਸਿੰਘ ਸੰਧੂ ਸਾਹਿਬ ਨੂੰ ਪਤਾ ਵੀ ਅਸੀਂ ਮੈਂਬਰ ਹਾਂ ਇਹਨੂੰ ਜਸਵਿੰਦਰ ਸਿੰਘ ਹੋਰਾਂ ਨੂੰ ਪਤਾ ਵੀ ਮੈਂ ਆਪਦੀ ਵਾਈਫ ਨੂੰ ਪੁਰਸਕਾਰ ਨਹੀਂ ਦਵਾ ਸਕਦਾ ਜੇ ਇਹ ਸਾਰਾ ਕੁਝ ਜਾਣਦੇ ਹੋਏ ਭਾਸ਼ਾ ਵਿਭਾਗ ਮੰਨਦਾ ਵੀ ਇਹ ਨਹੀਂ ਦਿੱਤੇ ਜਾ ਸਕਦੇ ਫਿਰ ਵੀ ਦਿੰਦੇ ਹੈ ਇਹਦਾ ਮਤਲਬ ਤਾਂ ਮੈਜਰਮੈਂਟ ਹੈ ਨਾ ਸਰਕਾਰ ਦੇ ਪੈਸਾ 10-10 ਲੱਖ 5-5 ਲੱਖ ਤੁਸੀਂ ਲੈਣ ਵਾਲੇ ਵੀ ਚੌਕਸ ਹੋ ਵੀ ਅਸੀਂ ਫਰਾਡ ਕਰ ਰਹੇ ਹਾਂ ਅਸੀਂ ਗਲਤ ਪੈਸਾ ਲੈ ਰਹੇ ਹਾਂ ਦੇਣ ਵਾਲਿਆਂ ਨੂੰ ਵੀ ਪਤਾ ਮੰਨਿਆ ਤੁਸੀਂ ਅਦਾਲਤ 'ਚ ਆ ਕੇ ਵੀ ਨਹੀਂ ਦੇ ਸਕਦੇ ਸੀ ਆਪਾਂ 3 ਦੀ ਉਦਾਹਰਨ ਲੈਂਦੇ ਹਾਂ ਜੇ ਤੁਸੀਂ ਦੇ ਦਿੰਦੇ ਹੋ ਇਹ ਪੁਰਸਕਾਰ ਫਿਰ ਫੌਜਦਾਰੀ ਦਾ ਤੁਹਾਡੇ ਦਰਵਾਜ਼ੇ 'ਤੇ ਖੜੀ ਹੈ ਇਟ ਇਜ਼ ਮਿਸਯੂਜ਼ ਆਫ ਗੌਰਮੈਂਟ ਮਨੀ 409 408 ਫੋਰਜਰੀ ਅਤੇ ਫਿਰ ਕਰਪਸ਼ਨ ਇੱਕ ਜਿਹੜਾ ਕਰਪਸ਼ਨ ਹੈ ਉਹਦੇ ਵਿੱਚ ਇਹ ਹੈ ਵੀ ਜੇ ਕਿਸੇ ਨੂੰ ਸਰਕਾਰ ਨੇ ਇੱਕ ਦਿਨ ਦਾ ਇੱਕ ਬੋਰਡ ਲਿਖਣ ਦਾ ਵੀ ਠੇਕਾ ਦੇ ਤਾ ਉਹ ਬੋਰਡ ਦਾ ਲਿਖਣ ਦਾ ਵੀ ਹੀ ਜੇ ਪਬਲਿਕ ਸਰਵੈਂਟ ਜੇ ਉੱਥੇ ਉਹ ਹੇਰਾਫੇਰੀ ਕਰਦਾ ਦੈਨ ਉਹਦੇ 'ਤੇ ਕਰਪਸ਼ਨ ਐਕਟ ਲਾਗੂ ਹੁੰਦਾ ਹੈ ਇੱਥੇ ਦਾ ਜੇ 10-10 ਲੱਖ ਦੇ ਪੁਰਸਕਾਰ ਲੈ ਰਹੇ ਹੋ ਦੇ ਰਹੇ ਹੋ ਇਹ ਕਰ ਸਕਦੇ ਹਾਂ ਪਰ ਅਸੀਂ ਇੱਥੋਂ ਤੱਕ ਸ਼ਾਇਦ ਨਾ ਜਾਈਏ ਸ਼ਾਇਦ ਕਹਿ ਰਹੇ ਹੋ ਤੁਸੀਂ ਸ਼ਾਇਦ ਤਾਂ ਫਿਰ ਇਹੋ ਜਿਹੇ ਸਾਨੂੰ ਮਜਬੂਰ ਕਰਨਗੇ ਫਿਰ ਅਸੀਂ ਕਰਾਂਗੇ ਪਰ ਜਿਵੇਂ ਮੈਂ ਕਿਹਾ ਮੋਟਰਸਾਈਕਲਾਂ 'ਤੇ ਤੁਸੀਂ ਘਰ ਲੈ ਕੇ ਪੈਦਲ ਕਰੀ ਜਾਂਦੇ ਹੋ ਅਸੀਂ ਛੱਡਿਆ ਹੋਇਆ ਹੋਰ ਵੀ ਸਾਡੇ ਕੋਲ ਬਹੁਤ ਸਾਰੇ ਡਾਟਾ ਮੇਰੇ ਕੋਲ ਪਿਆ ਜੀ ਜੇ 15-15 ਲੱਖ ਰੁਪਇਆ ਵੱਡੇ ਵੱਡੇ ਜਿਹੜੇ ਹੈਗੇ ਸਾਹਿਤਕਾਰ ਉਹਨਾਂ ਨੇ ਗਬਨ ਕੀਤਾ ਹੋਇਆ ਔਨ ਰਿਕਾਰਡ ਪਰ ਅਸੀਂ ਉੱਥੇ ਤੱਕ ਜਾਂਦੇ ਜੀ ਸੋ ਇਹ ਦੋਸਤੋ ਬਹੁਤ ਤਕਨੀਕੀ ਕਾਨੂੰਨੀ ਨੁਕਤੇ ਨੇ ਮੀਤ ਸਾਹਿਬ ਬਹੁਤ ਮਾਹਿਰ ਕਾਨੂੰਨਵਿਦ ਨੇ ਬਹੁਤ ਸਾਰੀਆਂ ਕਿਤਾਬਾਂ ਵੀ ਕਾਨੂੰਨ 'ਤੇ ਇਹਨਾਂ ਨੇ ਲਿਖੀਆਂ ਜਿਹੜੀਆਂ ਵੱਖ ਵੱਖ ਕਾਨੂੰਨ ਨਾਲ ਸੰਬੰਧਿਤ ਅਦਾਰਿਆਂ 'ਚ ਪੜ੍ਹਾਈਆਂ ਜਾਂਦੀਆਂ ਨੇ ਸਿਲੇਬਸ 'ਚ ਲੱਗੀਆਂ ਨੇ ਸੋ ਇਹਨਾਂ ਦੇ ਨਾਲ ਗੱਲ 'ਚ ਜਿੱਤਣਾ ਕੋਈ ਆਸਾਨ ਨਹੀਂ ਹੈਗਾ ਇਹ ਅਦਾਲਤਾਂ ਦੇ ਵਿੱਚ ਵੀ ਇਸੇ ਤਰ੍ਹਾਂ ਇਹ ਲੜਦੇ ਨੇ ਅਤੇ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਜਿਹੜੇ ਸਾਡੇ ਪੰਜਾਬੀ ਦੇ ਲੇਖਕ ਨੇ ਇਹ ਵੀ ਸਾਡੇ ਵੱਡੇ ਲੇਖਕ ਨੇ ਜਿਨ੍ਹਾਂ ਬਾਰੇ ਗੱਲ ਕਰ ਰਹੇ ਨੇ ਉਹ ਵੀ ਸਾਡੇ ਵੱਡੇ ਲੇਖਕ ਨੇ ਔਰ ਇਹ ਕੋਈ ਜਿਹੜਾ ਮਸਲਾ ਹੈਗਾ ਲੇਖਕਾਂ ਦੇ ਮਸਲੇ ਵੀ ਜੇ ਅਦਾਲਤਾਂ 'ਚ ਜਾਣਗੇ ਤਾਂ ਸਾਨੂੰ ਸੋਚਣਾ ਪਏਗਾ ਵੀ ਇਹ ਮਸਲੇ ਦੇ ਕੋਈ ਜਿਹੜੇ ਭਾਈਬੰਦੀ ਵਾਲੇ ਜਾਂ ਇੱਕ ਸੰਵਾਦ ਦੇ ਨਾਲ ਹੱਲ ਨਿਕਲਣ ਪਰ ਇਹ ਇਸ ਵੇਲੇ ਮਾਮਲਾ ਅਦਾਲਤ ਦੇ ਵਿੱਚ ਆ ਅਤੇ ਇਸ ਲਈ ਇਸ ਪੂਰੇ ਮਸਲੇ ਨੂੰ ਅਸੀਂ ਕਾਨੂੰਨੀ ਨੁਕਤੇ ਦੇ ਨਾਲ ਵਿਚਾਰਿਆ ਪਟੀਸ਼ਨ ਕਰਤਾ ਦੇ ਤੌਰ 'ਤੇ ਵੀ ਨੇ ਮੀਤ ਸਾਹਿਬ ਵਕੀਲ ਦੇ ਤੌਰ 'ਤੇ ਵੀ ਨੇ ਅਤੇ ਖੁਦ ਲੇਖਕ ਦੇ ਤੌਰ 'ਤੇ ਵੀ ਇਹ ਸਾਰੀਆਂ ਗੱਲਾਂ ਉਹ ਕਰ ਰਹੇ ਨੇ ਅੱਜ ਦੇ ਲਈ ਅਸੀਂ ਇੰਨੀਆਂ ਗੱਲਾਂ ਕਰਾਂਗੇ ਅਤੇ ਇਸ ਵਿਸ਼ੇ ਦੇ ਉੱਤੇ ਜਿਹੜੀਆਂ ਹੋਰ ਧਿਰਾਂ ਨੇ ਜਿਹੜੇ ਹੋਰ ਸ਼ਖਸੀਅਤਾਂ ਨੇ ਉਹਨਾਂ ਦੀ ਵੀ ਅਸੀਂ ਆਵਾਜ਼ ਉਹਨਾਂ ਦੀ ਵੀ ਅਸੀਂ ਗੱਲ ਸੁਣਨ ਉਹਨਾਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਉਹ ਕੀ ਕਹਿੰਦੇ ਨੇ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗੇ ਫਿਲਹਾਲ ਮੀਤ ਜੀ ਨਾਲ ਸਾਡੀਆਂ ਅੱਜ ਦੀਆਂ ਗੱਲਾਂ ਇੰਨੀਆਂ ਨੇ ਮੀਤ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਖੁੱਲ੍ਹਾ ਸਮਾਂ ਦਿੱਤਾ ਬਹੁਤ ਗੱਲਾਂ ਖੁੱਲ੍ਹ ਕੇ ਕੀਤੀਆਂ ਧੰਨਵਾਦ ਤੁਸੀਂ ਮੌਕਾ ਦਿੱਤਾ ਜਿਹੜੇ ਸਾਡੇ ਦੇ ਲੱਗਦੇ ਨੇ ਦੋਸ਼ ਉਹਨਾਂ ਨੂੰ ਉਹਨਾਂ ਬਾਰੇ ਸਪਸ਼ਟੀਕਰਨ ਦੇਣ ਦਾ ਔਰ ਸਾਡਾ ਕੇਸ ਕੀ ਹੈ ਉਹਦੇ ਬਾਰੇ ਦੱਸਣ ਦਾ ਮੌਕਾ ਦਿੱਤਾ ਤੁਹਾਡੀ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਸੋ ਅੱਗੇ ਜੋ ਇਸ ਕੇਸ 'ਚ ਅੱਗੇ ਅਪਡੇਟ ਆਉਣਗੇ ਫਿਰ ਅਸੀਂ ਮੀਤ ਸਾਹਿਬ ਕੋਲ ਵੀ ਆਵਾਂਗੇ ਫਿਲਹਾਲ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ